ਸਿੱਧੂ ਮੂਸੇਵਾਲਾ ਨਾਲ ਤੁਹਾਡੇ ਰਿਲੇਸ਼ਨ ਚੰਗੇ ਨਹੀਂ ਸੀ ਇਹ ਫੈਕਟ ਹੈ ਜਾਂ ਪਰਸੈਪਸ਼ਨ ਤੋਂ ਕਹਿੰਦਾ ਨਹੀਂ ਅੱਛੇ ਸੀ ਅਸੀਂ ਬੜਾ ਵਧੀਆ ਵਰਤਦੇ ਰਹੇ ਹਾਂ ਜਦੋਂ ਨਾਲ ਮੇਰਾ ਬਹੁਤ ਪਿਆਰ ਰਿਹਾ ਪਬਲਿਕ 'ਚ ਫਿਰ ਗਿਲੇ ਸ਼ਿਕਵੇ ਦੀ ਗੱਲ ਕਿਵੇਂ ਆਈ ਭਾਈ ਆਪਾਂ ਕਿਸੇ ਦਾ ਮੂੰਹ ਨਹੀਂ ਫੜ ਸਕਦੇ ਮੜੀਆਂ ਨਹੀਂ ਫਰੋਲੀ ਦੀਆਂ ਹੁੰਦੀਆਂ ਕਿਸੇ ਦੀਆਂ ਜਦੋਂ ਤੋਂ ਵਿੱਕੀ ਮਿੱਡੂ ਖੇੜਾ ਦੇ ਕੇਸ 'ਚ ਤੁਸੀਂ ਬੋਲੇ ਉਦੋਂ ਤੋਂ ਹੀ ਟਾਰਗੇਟ ਤੇ ਆਇਆ ਤੁਹਾਨੂੰ ਕਿਉਂ ਫੋਨ ਆਇਆ ਔਰ ਕਿਹਾ ਤੁਹਾਡੇ ਤੋਂ ਗੈਂਗਸਟਰ ਕੋਈ ਗਾਣਾ ਗਵਾਉਣਾ ਚਾਹੁੰਦੇ ਸੀ ਜਾਂ ਕੁਝ ਹੋਰ ਚਾਹੁੰਦੇ ਸੀ ਇਹ ਧੰਦਾ ਬਣਾ ਲਿਆ ਜੀ ਸੈਲੀਬ੍ਰਿਟੀ ਟਾਰਗੇਟ ਕਰਨਾ ਅਗਲਿਆਂ ਦਾ ਵਪਾਰ ਵੱਧਦਾ ਮੈਂ ਰੋਜ਼ ਇੱਕ ਦਿਨ ਲਾਸਟ ਦਿਨ ਕਹਿ ਕੇ शगनप्रीत सामने बोलना चाहिए गैंगवार जो भी होया शगनप्रीत नहीं बोलिया वो भी चीज गलत हुई लॉरेंस नाल तुहाडे की संबंध है यूनिवर्सिटी ਲਾਰੈਂਸ ਤੇ ਵਿੱਕੀ ਵੀਰ ਇਕੱਠੇ ਹੁੰਦੇ ਹੁੰਦੇ ਸੀ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਪੁਰਾਣੀ ਕੰਪਨੀ ਕਰਕੇ ਤੁਸੀਂ ਫਸ ਗਏ ਹੋ ਇੱਕ ਤਰ੍ਹਾਂ ਦੇ ਕੋਈ ਫਸੇ ਫੁਸੇ ਨਹੀਂ ਉਹ ਬਾਬੇ ਦੀ ਮਿਹਰ ਆ ਇਹਨੇ ਭੱਜ ਗਿਆ ਯਾਰ ਇਹਨੇ ਗੈਂਗਸਟਰਾਂ ਦੀਆਂ ਮੈਨੂੰ ਧਮਕੀਆਂ ਜਾਨੋਂ ਮਾਰਦਾ ਮੈਨੂੰ ਸਿਸਟਮ ਭੱਜ ਭੱਜ ਕਿੱਥੇ ਗਿਆ ਬੰਦਾ ਪਰਿਵਾਰ ਕੋਲ ਵੀ ਨਹੀਂ ਜਾ ਸਕਦਾ ਮੇਰਾ ਇੱਕ ਜਵਾਕ ਆ ਮੈਨੂੰ ਲੈ ਕੇ ਗੁਰਦੁਆਰੇ ਚੜ੍ਹਦਾ ਮੈਂ ਕਹਿੰਦਾ ਭਾਜੀ ਨਾਰਕੋ ਟੈਸਟ ਕਰਾਇਆ ਜਾਵੇ ਮੇਰਾ ਮਨਕੀਰ ਤੋਂ ਕਿਉਂ ਜਾ ਕੇ ਬਲਕੌਰ ਸਿੰਘ ਹੋਣਾ ਨਾਲ ਇੱਕ ਵਾਰੀ ਗੱਲ ਨਹੀਂ ਕਰਦੇ ਬੜਾ ਵੱਡਾ ਦੁੱਖ ਆ ਭਾਜੀ ਇੱਕ ਜਵਾਨ ਪੁੱਤ ਦਾ ਜਾਣਾ ਉਹ ਵੀ ਇਕੱਲਾ ਇਕੱਲਾ ਹੋ ਇਹ ਇਨਵੈਸਟੀਗੇਸ਼ਨ ਇੱਕ ਵਾਰੀ ਕਲੀਅਰ ਕਰ ਹੋ ਜਾਣ ਸਾਰੀਆਂ ਜਾ ਕੇ ਆਉਂਗਾ ਪੰਜਾਬ ਨੂੰ ਬਰਬਾਦ ਕਰਨ 'ਚ ਗਨ ਕਲਚਰ ਦੀ ਬੜੀ ਭੂਮਿਕਾ ਦੱਸੀ ਜਾ ਰਹੀ ਹੈ ਤੁਹਾਡਾ ਹਰ ਗਾਣਾ ਗਨ ਕਲਚਰ ਨੂੰ ਪ੍ਰਮੋਟ ਕਰਦਾ ਹੈ ਤੇ ਲੋਕਾਂ ਨੂੰ ਪਸੰਦ ਆਰਟਿਸਟ ਨੇ ਉਹੀ ਗਾਉਣਾ ਹੈ ਪੰਜਾਬ 'ਚ ਜੱਟ ਤੇ ਵੱਟ ਦਾ ਰੌਲਾ ਪੁਰਾਣਾ ਹੈ ਪਰ ਅੱਜ ਪੰਜਾਬ ਗੈਂਗ ਵਾਰ ਤੋਂ ਪਰੇਸ਼ਾਨ ਹੈ ਗੈਂਗਸਟਰਾਂ ਤੋਂ ਤੰਗ ਹੈ ਖਾਸ ਕਰ ਪੰਜਾਬ ਨੂੰ ਗੈਂਗਲੈਂਡ ਬਣਨ ਤੋਂ ਬਚਾਉਣਾ ਹੈ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਗੈਂਗਸਟਰਾਂ ਤੇ ਸਿੰਗਰਾਂ ਦੀ ਇੱਕ ਐਸੇ ਕਾਲੇ ਸਾਏ ਦੀ ਚਿੱਟੀ ਕਹਾਣੀ ਸਾਹਮਣੇ ਆਈ ਜਿਹਨੂੰ ਲੈ ਕੇ ਲੱਖਾਂ ਸਵਾਲ ਖੜੇ ਹੋਏ ਸਿੱਧੂ ਮੂਸੇਵਾਲਾ ਮਰਡਰ ਕੇਸ 'ਚ ਦੋ ਸਿੰਗਰਾਂ ਇੱਕ ਬੱਬੂ ਮਾਨ ਦੂਜੇ ਮਨਕੀਰਤ ਔਲਖ ਤੋਂ ਪੁਲਿਸ ਨੇ ਪੁੱਛਗਿੱਛ ਕੀਤੀ ਹੈ ਮੁੱਖ ਦੀ ਗੱਲ 'ਚ ਅੱਜ ਮਨਕੀਰਤ ਔਲਖ ਸਿੱਧੂ ਮੂਸੇਵਾਲਾ ਨਾਲ ਤੁਹਾਡੇ ਰਿਲੇਸ਼ਨ ਚੰਗੇ ਨਹੀਂ ਸੀ ਇਹ ਫੈਕਟ ਹੈ ਜਾਂ ਪਰਸੈਪਸ਼ਨ ਹੈ ਭਾਜੀ ਕੌਣ ਕਹਿੰਦਾ ਨਹੀਂ ਅੱਛੇ ਸੀ ਅਸੀਂ ਬੜਾ ਵਧੀਆ ਵਰਤਦੇ ਰਹੇ ਹਾਂ ਜੀ ਮੇਰਾ ਬੜਾ ਵਧੀਆ ਪਿਆਰ ਰਿਹਾ ਸਿੱਧੂ ਮੂਸੇਵਾਲਾ ਹੋਮਲੈਂਡ ਰਹਿੰਦਾ ਸੀ ਅਸੀਂ ਇੱਕ ਦੂਜੇ ਨਾਲ ਹੋਮਲੈਂਡ ਇੱਥੇ ਵੀ ਮਿਲੇ ਹਾਂ ਕੈਨੇਡਾ ਵੀ ਮਿਲੇ ਹਾਂ ਸਾਡੇ ਦੋਵਾਂ ਦੇ ਪਰਚਾ ਵੀ ਦਰਜ ਹੁੰਦਾ ਮੈਂ ਮੂਸੇ ਪਿੰਡ ਜਾ ਕੇ ਤੁਸੀਂ 2020 'ਚ ਗਾਣਾ ਸੁਣਿਆ ਹੋਣਾ ਪੱਖੀਆਂ 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 ਅਸੀਂ ਇਕੱਠਿਆਂ ਨੇ ਗਾਇਆ ਕਾਂਗਰਸ ਦੀ ਸਰਕਾਰ ਸੀ ਸਾਡੇ ਦੋਵਾਂ 'ਤੇ ਪਰਚਾ ਦਰਜ ਵੀ ਹੋਇਆ ਕੌਣ ਕਹਿੰਦਾ ਨਹੀਂ ਬਣਦੀ ਸੀ ਫਿਰ ਹੁਣ ਕਿਉਂ ਉਹਨਾਂ ਦੇ ਘਰ ਦੇ ਇੰਨੇ ਨਾਰਾਜ਼ ਨੇ ਤੁਹਾਡੇ 'ਤੇ ਜੇ ਬਣਦੀ ਸੀ ਤਾਂ ਰੱਬ ਜਾਣਦਾ ਕੀ ਆ ਮੀਡੀਆ ਦਾ ਬੜਾ ਧੰਨਵਾਦ ਆ ਵਾਰ ਵਾਰ ਇੱਕ ਹੀ ਨਾਂ 'ਤੇ ਧੱਕਾ ਲਾਈ ਜਾਂਦਾ ਮਨਕਿਰਤ ਔਲਖ ਮਨਕਿਰਤ ਔਲਖ ਮੈਂ ਬਾਹਰ ਜਾਂਦਾ ਮੇਰੀ ਵਾਈਫ ਪ੍ਰੈਗਨੈਂਟ ਸੀ ਉਦੋਂ ਬੇਬੀ ਹੋਣ ਵਾਲਾ ਸੀ ਅਤੇ ਬੰਦਾ ਆਪਦੇ ਪਰਿਵਾਰ ਕੋਲ ਨਹੀਂ ਜਾ ਸਕਦਾ ਮੈਂ ਆਪਦੇ ਪਰਿਵਾਰ ਕੋਲ ਗਿਆ ਇੱਥੋਂ ਕਿਨੇ ਏਅਰਪੋਰਟ ਚੜ੍ਹਿਆ ਫਲਾਈਟ ਹੁੰਦੀ 15-16 ਘੰਟਿਆਂ ਦੀ ਉਹ 16 ਘੰਟਿਆਂ 'ਚ ਨਿਆਂ ਕਰਤਾ ਮਨਕਿਰਤ ਭੱਜ ਗਿਆ ਮਨਕਿਰਤ ਭੱਜ ਗਿਆ ਮੇਰੇ ਦਿਲ ਨੂੰ ਦੱਸੋ ਮੈਂ ਕੀ ਬੀਤੀ ਹੋਊਗੀ ਜੀ ਭਾਜੀ ਸੋ ਠੀਕ ਆ ਜੋ ਚੱਲ ਰਿਹਾ ਪਰ ਮੇਰੀ ਬਣਦੀ ਸੀ ਜਦੋਂ ਸਿੱਧੂ ਦੇ ਪਿੰਡ ਜਾਂਦੇ ਹਾਂ ਸਾਡੇ 'ਤੇ FIR ਹੁੰਦੀ ਆ ਮੈਂ ਸਿੱਧੂ ਨੂੰ ਫੋਨ ਵੀ ਕਰਦਾ ਮੈਂ ਕਿਹਾ ਵੀ ਆਪਾਂ ਵਕੀਲ ਵਕੂਲ ਕਰਕੇ ਵੀ ਜੋ ਕੁਛ ਵੀ ਆ FIR ਕਦੀ ਹੋਈ ਸੀ ਅਸੀਂ ਇਕੱਠੇ ਗਾਣਾ ਗਾਉਂਦੇ ਸੀ ਇੱਕ ਵੀ ਇਹ ਆ ਪਤਾ ਨਹੀਂ ਹਥਿਆਰ ਵਾਲਾ ਗਾਣਾ ਨੌਨਸੈਂਸ ਚੀਜ਼ ਸੀ ਭਾਜੀ ਉਹ ਜਮਾਂ ਹੀ ਵੀ ਪਤਾ ਨਹੀਂ ਕਿਵੇਂ ਕੋਈ ਪ੍ਰੈਸ਼ਰਾਈਜ਼ ਚੀਜ਼ ਹੀ ਕੀਤੀ ਹੋਣੀ ਆ ਮੈਨੂੰ ਕਿਤੋਂ ਪਤਾ ਲੱਗਿਆ ਹੁਣ ਪਤਾ ਨਹੀਂ ਸੱਚੀ ਚੀਜ਼ ਸੀ ਪਤਾ ਨਹੀਂ ਗਲਤ ਸੀ ਮੈਨੂੰ ਪਤਾ ਲੱਗਿਆ ਵੀ ਸਿੱਧੂ ਕਹਿੰਦਾ ਵੀ ਸਿੱਧੂ ਆਪਦਾ ਇਕੱਲੇ ਦਾ ਨਾਂ ਕਢਾਈ ਜਾਂਦਾ ਆਪਣਾ ਵੀ ਤੁਸੀਂ ਉਹ ਜੱਟਵਾਦ ਜਿਹਾ ਲਾ ਲਓ ਫਿਰ ਆਪਾਂ ਵੀ ਥੋੜ੍ਹਾ ਜਿਹਾ ਉਦੋਂ ਮੈਂ ਬਸ ਡਿਸਟੈਂਸ ਕਰ ਰਿਹਾ ਥੋੜ੍ਹਾ ਡਿਸਟੈਂਸ ਨਹੀਂ ਥੋੜ੍ਹਾ ਜਿਵੇਂ ਜ਼ਿਆਦਾ ਪਿਆਰ ਸੀ ਗੱਲ ਹੁੰਦੀ ਸੀ ਫਿਰ ਜਿਵੇਂ ਕਿ ਕੋਈ ਚੀਜ਼ ਹੋ ਜਾਂਦੀ ਵੀ ਠੀਕ ਆ ਓਕੇ ਆ ਸੈੱਟ ਆ ਉਹ ਟਾਈਮਾਂ 'ਚ ਜਿਹੜੇ ਅੱਜ ਕਲਾਕਾਰ ਜਿਹੜੇ ਕਹਿੰਦੇ ਵੀ ਅਸੀਂ ਸਿੱਧੂ ਦੇ ਬੜੇ ਖਾਸ ਹਾਂ ਬੜੇ ਭਰਾ ਹਾਂ ਜਿਗਰੀ ਯਾਰ ਫੇਕ ਮੀਡੀਆ ਲਿਖ ਕੇ ਪਾ ਦਿੰਦਾ ਇਹ ਤਾਂ ਮਿਲੇ ਵੀ ਨਹੀਂ ਸੀ ਕੋਈ ਸਿੱਧੂ ਨੂੰ ਜਾਣਦੇ ਵੀ ਨਹੀਂ ਸੀ ਤੁਸੀਂ ਇਹ ਪੁਲਿਸ ਨੂੰ ਗੱਲ ਦੱਸੀ ਕਿ ਅਸੀਂ ਤਾਂ ਯਾਰ ਰਹੇ ਹਾਂ ਪਤਾ ਪੁਲਿਸ ਨੂੰ ਕਿ ਸਾਰਿਆਂ ਨੂੰ ਪਤਾ ਭਾਜੀ ਪਬਲਿਕ 'ਚ ਫਿਰ ਗਿਲੇ ਸ਼ਿਕਵੇ ਦੀ ਗੱਲ ਕਿਵੇਂ ਆਈ ਜੇ ਸੀਗਾ ਹੀ ਨਹੀਂ ਤਾਂ ਹੋ ਕਿਵੇਂ ਗਿਆ ਫਿਰ ਭਾਈ ਆਪਾਂ ਕਿਸੇ ਦਾ ਮੂੰਹ ਨਹੀਂ ਫੜ ਸਕਦੇ ਜਿੰਨੇ ਮੂੰਹ ਉਨੀਆਂ ਗੱਲਾਂ ਮੜੀਆਂ ਨਹੀਂ ਫਰੋਲੀ ਦੀਆਂ ਹੁੰਦੀਆਂ ਕਿਸੇ ਦੀਆਂ ਬਹੁਤ ਮਿਹਨਤ ਕਰਕੇ ਸਿੱਧੂ ਇੱਥੇ ਪਹੁੰਚਿਆ ਸੀ ਇੱਥੇ ਮੁਕਾਮ ਤੱਕ ਆਉਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੈਗਾ ਬਹੁਤ ਔਖਾ ਜੀ ਸੇਮ ਮੈਂ ਲਾ ਲਓ ਸੇਮ ਕੋਈ ਹੋਰ ਆਰਟਿਸਟ ਲਾ ਲਓ ਜਿਹੜਾ ਵੀ ਮਿਹਨਤ ਕਰਕੇ ਇੱਥੋਂ ਤੱਕ ਇੰਨੀ ਦੁਨੀਆ 'ਚੋਂ ਇੱਕ ਥਾਂ 'ਤੇ ਪਹੁੰਚਣਾ ਕੋਈ ਸੌਖੀ ਚੀਜ਼ ਨਹੀਂ ਹੈਗੀ ਬਾਕੀ ਤੁਸੀਂ ਇਹ ਚੀਜ਼ ਦੀ ਨਜ਼ਰ ਲਾ ਲਓ ਕੋਈ ਇੱਕ ਦੂਜੀ ਸ਼ੇਪ ਦੇਣੀ ਉਹਦੇ ਵਿੱਚ ਵੱਡਾ ਰੋਲ ਹੁੰਦਾ ਜੀ ਮੀਡੀਆ ਦਾ ਜਦੋਂ ਤੱਕ ਸਿੱਧੂ ਜਿੰਦਾ ਸੀ ਸਾਡਾ ਕੋਈ ਡੈਥ ਤੋਂ ਬਾਅਦ ਉਹ ਤੋਂ ਬਾਅਦ ਹੀ ਤੁਸੀਂ ਮੇਰੀ ਚੀਜ਼ ਸੁਣੀ ਹੋਣੀ ਆ ਉਹ ਤੋਂ ਪਹਿਲਾਂ ਕੋਈ ਮਨਕੀਰਤ ਔਲਖ 'ਤੇ ਸਿੱਧੂ ਦਾ ਤੁਸੀਂ ਕੋਈ ਚੀਜ਼ ਨਹੀਂ ਸੁਣੀ ਹੋਣੀ
ਸਿੱਧੂ ਦਾ ਤੇ ਕਰਨ ਔਜਲੇ ਦਾ ਜਾਂ ਹੋਰ ਸਿੱਧੂ ਦਾ ਹਨਾ, ਕਿਸੇ ਦਾ ਗਾਣਿਆਂ ਦਾ ਜਵਾਬ, ਕਿਸੇ ਦਾ ਕੁਛ ਮੇਰੇ ਬਾਰੇ ਤਾਂ ਨਹੀਂ ਤੁਸੀਂ ਕੋਈ ਚੀਜ਼ ਸੁਣੀ। ਜਦੋਂ ਹੁਣ ਕਿਉਂ ਚੀਜ਼ ਆ, ਜਦੋਂ ਡੈਥ ਹੋਈ ਮੈਂ ਤੁਹਾਨੂੰ ਉਹੀ ਚੀਜ਼ ਦੱਸਦਾ। ਜਦੋਂ ਸਿੱਧੂ ਦੀ ਡੈਥ ਹੁੰਦੀ ਆ, ਸਭ ਤੋਂ ਪਹਿਲਾਂ ਮੈਂ ਬੈਠਾ ਨਾ, ਜਦੋਂ ਮੈਨੂੰ ਯੂਟਿਊਬ ਤੋਂ ਨੋਟੀਫਿਕੇਸ਼ਨ ਆਉਂਦੀ ਆ, ਮੈਂ ਦੋਵੇਂ ਹੱਥ ਜੋੜ ਕੇ ਬਾਬੇ ਨੂੰ ਇੱਕ ਹੀ ਚੀਜ਼ ਅਰਦਾਸ ਕਰਦਾ ਵੀ ਬਚਾਅ ਹੋਇਆ ਹੋਵੇ। ਤੁਸੀਂ ਕਦੇ ਉਹਦੇ ਫਾਦਰ ਨੂੰ ਇਹ ਗੱਲ ਕਹਿਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਅਸੀਂ ਇੰਨੇ ਵਧੀਆ ਰਿਲੇਸ਼ਨ ਰਹੇ, ਤੁਸੀਂ ਕਿਉਂ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹੋ? ਨਹੀਂ, ਉਹਨਾਂ ਨੇ ਵਿਚਾਰਿਆਂ ਨੇ ਕੋਈ ਗੱਲ ਕੀਤੀ ਵੀ ਨਹੀਂ ਭਾਜੀ। ਜੇ ਕੋਈ ਕੀਤੀ ਆ, ਕੋਈ ਲੋਕੀ ਜੇ ਕੋਈ ਨਾਲ ਬੈਠਾ ਕੋਈ ਬੰਦੇ ਕੰਨਾਂ 'ਚ ਫੂਕਾਂ ਮਾਰੀ ਜਾਂ ਕੀਤੀ ਆ, ਤੇ ਇੱਕ ਵਾਰੀ ਆ ਸਾਰਾ ਕੁਛ ਕਲੀਅਰ ਹੋ ਜੇ। ਅੱਜ ਉਹ ਮੇਰੇ 'ਤੇ ਇਲਜ਼ਾਮ ਲਾਈ ਜਾਂਦੇ ਆ, ਲੱਗੀ ਜਾਂਦੇ ਆ ਵੀ, ਕਿਉਂਕਿ ਮੈਨੂੰ ਪੁਲਿਸ ਨੇ ਤਾਂ ਕਲੀਨ ਚਿੱਟ ਕਦੋਂ ਦੀ ਦੇਤੀ। ਫਿਰ ਦੁਬਾਰਾ ਪਾਇਆ ਗਿਆ, ਨਹੀਂ ਇਹਨਾਂ ਨੂੰ ਕੇਸ 'ਚ ਪਾਇਆ ਜਾਵੇ, ਇਹਨਾਂ ਨੂੰ ਕੇਸ 'ਚ ਪਾਇਆ ਜਾਵੇ, ਇਹਨਾਂ ਨੂੰ FIR 'ਚ ਪਾਇਆ ਜਾਵੇ। ਇਹੋ ਜਿਹੀਆਂ ਗੱਲਾਂ ਸੁਣਨ ਨੂੰ ਆਉਂਦੀਆਂ ਵੀ ਮਨਕੀਰਤ ਔਲਖ, ਬੱਬੂ ਮਾਨ, ਇਹਨਾਂ ਨੂੰ ਕੇਸ ਦੇ ਵਿੱਚ ਪਾਇਆ ਜਾਵੇ। ਹੁੰਦਾ ਵੀ ਇਹ ਚੀਜ਼ਾਂ ਕੀ ਚੱਲ ਰਹੀਆਂ? ਕੋਈ ਨਹੀਂ, ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਆ, ਸਰਕਾਰ 'ਤੇ ਭਰੋਸਾ, ਰਾਈਟ ਚੀਜ਼ ਜੋ ਚੀਜ਼ ਬਣਦੀ ਆ ਉਹ ਕਰੂਗੀ। ਤੁਹਾਨੂੰ ਕੋਈ ਜੈਲਸੀ ਸੀ ਸਿੱਧੂ ਤੋਂ ਹੋਵੇ ਜਾਂ ਕੋਈ ਤਕਰਾਰ ਹੋਵੇ ਉਹਦੇ ਨਾਲ? ਨਹੀਂ ਭਾਜੀ, ਮੈਨੂੰ ਜੈਲਸੀ ਕਿਉਂ ਨਹੀਂ ਆ? ਕਿਸੇ ਆਰਟਿਸਟ ਦਾ ਇੱਕ ਗਾਣਾ 100 ਮਿਲੀਅਨ ਚੱਲ ਜੇ ਨਾ, ਉਹ ਆਪਦੇ ਆਪ ਨੂੰ ਉਹਨੂੰ ਨੀਂਦ ਨਹੀਂ ਆਉਂਦੀ 100 ਮਹੀਨਾ 2 ਮਹੀਨੇ। ਮਨਕੀਰਤ ਔਲਖ ਉਹ ਆਰਟਿਸਟ ਆ ਜਿਹਦੇ ਅੱਜ ਤੱਕ ਇੰਨੇ ਗਾਣੇ ਕੀਤੇ ਆ 'ਚ ਕੋਈ 7-8 ਗਾਣੇ ਹੋਣਗੇ ਜਿਹੜੇ 100 ਮਿਲੀਅਨ ਨਹੀਂ ਹੋਏ ਹੋਣਗੇ। ਮੇਰੇ ਤਾਂ ਆਲਰੇਡੀ ਆਪਦਾ ਕੰਮ ਵਧੀਆ ਚੱਲ ਰਿਹਾ, ਸਭ ਕੁਝ ਚੱਲ ਰਿਹਾ, ਮੈਂ ਕਿਸੇ ਤੋਂ ਕਿਉਂ ਜੈਲਸੀ ਕਰੂੰਗਾ? ਹਾਲਾਂਕਿ ਮੇਰਾ ਛੋਟਾ ਭਰਾ ਸੀ, ਬੜਾ ਪਿਆਰ ਸੀ, ਮੈਂ ਜਿੰਨੀ ਵਾਰੀ ਵੀ ਤੁਹਾਨੂੰ ਦੱਸਿਆ ਮੈਂ ਮਿਲਿਆ ਗੀਤਾ ਬੈਂਸ, ਅਸੀਂ ਜਦੋਂ ਕਨੇਡਾ ਬੈਠੇ ਸਟੂਡੀਓ ਵੀ ਬੈਠੇ ਰਹੇ, ਅਤੇ ਗੀਤਾ ਬੈਂਸ ਆ ਸਾਡਾ ਬੜਾ ਘੈਂਟ ਭਰਾ, ਮੈਂ ਗੀਤਾ ਬੈਂਸ ਅਤੇ ਸਿੱਧੂ ਅਸੀਂ ਪਲੈਨਿੰਗਾਂ ਵੀ ਕਰੀ ਗਏ ਹਾਂ, ਗਾਣੇ ਬਣਾਈ ਗਏ ਹਾਂ, ਚੀਜ਼ਾਂ ਵੀ ਸਵਾਦ ਇੱਕ ਦੂਜੇ ਨਾਲ। ਉਦੋਂ ਸੋਚਿਆ ਸੀ ਕਦੀ ਕਿ ਇੱਕ ਗੈਂਗਸਟਰ ਕਤਲ ਕਰਾਉਣਗੇ ਅਤੇ ਮੇਰਾ ਨਾਮ ਇਸ ਤਰ੍ਹਾਂ? ਨਹੀਂ ਨਹੀਂ ਨਹੀਂ, ਕਦੇ ਨਹੀਂ ਸੋਚਿਆ ਸੀ। ਮੇਰਾ ਕਜ਼ਨ ਆ, ਮਾਮੇ ਦਾ ਮੁੰਡਾ ਸੁੱਖ ਸੰਧੂ, ਉਹਦੇ ਵਿਆਹ 'ਤੇ ਸਿੱਧੂ ਨੇ ਵੀ ਆਉਣਾ ਸੀ, ਸਿੱਧੂ ਆਪਣਾ ਨਹੀਂ ਆ ਸਕਿਆ। ਮੈਂ ਵੀਡੀਓ ਵੀ ਪਾਈ ਸੀ, ਸਿੱਧੂ ਦੇ ਮੰਮਾ ਆਂਟੀ ਜੀ ਸਪੈਸ਼ਲ ਉੱਥੇ ਆਏ, ਪੂਰਾ ਪਿਆਰ ਸੀ, ਉਹ ਸਾਰਾ ਕੁਛ ਸੀ। ਤਾਂ ਦਿਨ ਦੀਆਂ ਹੀ ਗੱਲਾਂ, 2019-20-21 22 ਚੱਲਦਾ, ਕੀ ਸਾਲ ਪਹਿਲਾਂ, ਪਤਾ ਨਹੀਂ ਕੀ ਚੀਜ਼ਾਂ ਕੀ ਇਨਵੋਲਵ। ਹੁਣ ਵਿੱਕੀ ਵੀਰ ਅਤੇ ਸਿੱਧੂ ਦਾ ਪੂਰਾ, ਇਹਨਾਂ ਦੋਹਾਂ ਦਾ ਵੀ ਪੂਰਾ ਪਿਆਰ ਸੀ, ਇਹ ਮਿਲੇ ਇੱਕ ਦੂਜੇ ਨੂੰ, ਪੂਰਾ ਫੋਨ 'ਤੇ ਵੀ ਗੱਲਾਂ ਹੁੰਦੀਆਂ ਸੀ, ਪਤਾ ਨਹੀਂ ਕੀ ਗੱਲਾਂ ਹੋਈਆਂ ਕੀ ਨਹੀਂ ਹੋਈਆਂ, ਰੱਬ ਜਾਣਦਾ, ਮੈਨੂੰ ਚੀਜ਼ਾਂ ਬਾਰੇ ਨਹੀਂ ਨੌਲੇਜ। ਕੋਈ ਇਸ ਤਰ੍ਹਾਂ ਦੀ ਗੱਲ ਤਾਂ ਨਹੀਂ ਗੈਂਗਸਟਰਾਂ ਦੇ ਵਿੱਚ ਆਉਣ ਨਾਲ ਤੁਹਾਡੀ ਸਾਰਿਆਂ ਦੀ ਦੋਸਤੀ ਦੁਸ਼ਮਣੀ 'ਚ ਬਦਲ ਗਈ ਹੋਵੇ? ਪਤਾ ਨਹੀਂ ਭਾਜੀ, ਮੇਰੀ ਕੋਈ ਨਹੀਂ ਬਦਲੀ, ਮੈਂ ਆਪਦਾ ਸੱਜਣ ਵਿੱਕੀ ਵੀਰ ਗਵਾਇਆ। ਉਹ ਚੀਜ਼ਾਂ ਮੇਰੇ ਤਾਂ ਉਹੀ ਚੀਜ਼ ਨਹੀਂ ਦਿਮਾਗ 'ਚੋਂ ਵੀ ਯਾਰ ਬੰਦਾ ਮਾਰ ਹੀ ਕਿਉਂ ਦਿੱਤਾ, ਕੋਈ ਕਸੂਰ ਆ, ਕੋਈ ਲੱਤ 'ਤੇ ਗੋਲੀ ਮਾਰ ਦਿੰਦੇ, ਬਾਂਹ 'ਤੇ ਮਾਰ ਦਿੰਦੇ, ਮਾਰ ਦੇਣਾ ਹੀ। ਉਹ ਤਾਂ ਸਿੱਧੂ ਮੂਸੇਵਾਲੇ ਨਾਲ ਵੀ ਹੋਇਆ, ਉਹੀ ਸੇਮ। ਮੈਂ ਸਿੱਧੂ ਸੰਦੀਪ ਵੀ ਜੇ ਤਾਂ ਕੋਈ ਹੈਗਾ ਵੈਰ ਹੈਗਾ ਵੀ ਤੁਹਾਡਾ, ਤੁਸੀਂ ਦੋ ਗੈਂਗ ਹੋ, ਤੁਹਾਡਾ ਹੈਗਾ ਆਪ 'ਚ ਲੜੋ, ਤੁਸੀਂ ਕਿਸੇ ਦੇ ਉਈ ਕਰਕੇ, ਅੱਛਾ ਵੀ ਉਹਦੇ ਨਾਲ ਵਰਤਦਾ ਹੋਊਗਾ, ਉਹਨੂੰ ਪਤਾ ਵੀ ਨਹੀਂ ਹੁੰਦਾ ਵਰਤਦਾ ਹੋਊਗਾ ਨਹੀਂ ਵਰਤਦਾ ਹੋਊਗਾ, ਬਸ ਇਹ ਗੈਂਗ ਵਾਰ ਇੰਨਾ ਵੱਧ ਗਿਆ। ਜਿਹੜੇ ਪਿੱਛੇ ਇਹ ਮਨਕੀਰਤ ਔਲਖ ਦਾ ਵਾਰ ਵਾਰ ਨਾਮ ਆਉਂਦਾ, ਉਹ ਆ ਵਿੱਕੀ ਮਿੱਡੂ ਖੇੜਾ। ਵਿੱਕੀ ਮਿੱਡੂ ਖੇੜਾ ਵੀ ਮੇਰਾ ਭਰਾ ਸੀ, ਮੇਰੀ ਬਹੁਤ ਬਣਦੀ ਸੀ, ਅਤੇ ਇਕੱਲੇ ਮੇਰੇ ਨਾਲ ਨਹੀਂ ਬਣਦੀ ਸੀ ਵਿੱਕੀ ਮਿੱਡੂ ਖੇੜੇ ਦੀ, ਸਾਰੇ ਇੰਡਸਟਰੀ ਨਾਲ, ਸਾਰੇ ਕਲਾਕਾਰਾਂ ਨਾਲ ਬਣਦੀ ਸੀ। ਜਿੱਦਣ ਵਿੱਕੀ ਵੀਰ ਦੀ ਡੈਥ ਹੁੰਦੀ ਆ, ਤੁਸੀਂ ਮੰਨੋਗੇ ਜੇ ਮੈਂ ਵੀ ਉੱਥੇ ਹੋਰ ਕਲਾਕਾਰਾਂ ਵਰਗੂ ਉੱਥੇ ਨਾ ਜਾਂਦਾ, ਕੈਂਡਲ ਮਾਰਚ ਕੀਤਾ ਸੀ, ਨਾ ਬੋਲਦਾ, ਤਾਂ ਮੈਂ ਠੀਕ ਸੀ। ਜਿੱਦਣ ਮੈਨੂੰ ਯਾਦ ਹੈ ਇੱਕ ਸਮਾਂ ਮੈਨੂੰ ਕਿਸੇ ਗੈਂਗਸਟਰ ਦੀ ਧਮਕੀ ਆਈ, ਪੁਲਿਸ ਦੇ ਵੀ ਉਹ ਨੋਟ 'ਚ ਆ, NIA ਦੇ ਵੀ ਉਹ ਨੋਟ 'ਚ ਆ ਵੀ ਆਹ ਫਲਾਣਾ ਬੋਲਦੇ ਹਾਂ, ਅਸੀਂ ਆਹ ਕਤਲ ਕੀਤਾ, ਸਾਡੇ ਬਾਰੇ ਪਤਾ ਕਰਾਉਣੀ। ਮੈਂ ਬਾਹਲਾ ਕਿਸੇ ਨੂੰ ਉਦੋਂ ਜਾਣਦਾ ਨਹੀਂ ਹੁੰਦਾ ਸੀ, ਮੈਂ ਵਿੱਕੀ ਵੀਰ ਨੂੰ ਉਹ ਟਾਈਮਾਂ 'ਚ ਫੋਨ ਕੀਤਾ, ਮੈਂ ਕਿਹਾ ਵੀਰੇ ਵੀ ਆਹ ਧਮਕੀ ਆਈ ਆ। ਮੇਰੇ ਕੋਲ ਉਹ ਟਾਈਮਾਂ 'ਚ ਕੋਈ ਵੈਪਨ ਨਹੀਂ ਹੁੰਦਾ ਸੀ, ਕੋਈ ਅਸਲਾ ਨਹੀਂ ਸੀ। ਵਿੱਕੀ ਵੀਰ ਆਪਦੇ ਲਾਇਸੈਂਸੀ ਵੈਪਨ ਲੈ ਕੇ, ਲਾਇਸੈਂਸੀ ਹਥਿਆਰ ਲੈ ਕੇ ਮੇਰੇ ਨਾਲ ਰਿਹਾ 4-5 ਦਿਨ। ਉਹ ਚੀਜ਼ ਤੁਸੀਂ ਇੱਕ ਅਸਾਨ ਲਾ ਲਓ, ਇੱਕ ਚੀਜ਼ ਲਾ ਲਓ, ਜੱਟ ਪਰਿਵਾਰਾਂ 'ਚੋਂ ਆ ਜੀ, ਸਾਡੇ ਤਾਂ ਕੋਈ ਮਾੜਾ ਜਿਹਾ ਵੀ ਕੋਈ ਅਸਾਨ ਕਰਦੇ, ਆਪਾਂ ਤਾਂ ਸਾਰੀ ਉਮਰ ਚੇਤੇ ਰੱਖੀਦਾ। ਵਿੱਕੀ ਵੀਰ ਦੀ ਜਦੋਂ ਡੈਥ ਹੋਈ ਕੈਂਡਲ ਮਾਰਚ 'ਤੇ, ਮੈਂ ਖੁੱਲ੍ਹ ਕੇ ਬੋਲਿਆ ਜਿਨ੍ਹਾਂ ਨੇ ਕੁਛ ਕੀਤਾ ਇਹ ਬਾਹਲਾ ਗਲਤ ਕੀਤਾ, ਅਤੇ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਆ। ਉਦਣ ਤੋਂ ਹੀ ਮਨਕੀਰਤ ਔਲਖ ਟਾਰਗੇਟ ਹੋਣਾ ਸਟਾਰਟ ਹੋ ਗਿਆ। ਸਿੱਧੂ ਦੀ ਡੈਥ ਹੁੰਦੀ ਆ ਮੇ ਦੇ ਵਿੱਚ, ਮਨਕੀਰਤ ਔਲਖ ਜਦੋਂ ਵਿੱਕੀ ਮਿੱਡੂ ਖੇੜੇ ਦੀ ਡੈਥ ਹੁੰਦੀ ਆ, ਉਹ ਤੋਂ ਬਾਅਦ ਰੈਗੂਲਰ ਤੁਸੀਂ ਫੇਸਬੁੱਕ 'ਤੇ ਪੜ੍ਹੇ ਹੋਣੇ ਆ ਵੀ ਮਨਕੀਰਤ ਇਹ ਮਾਰਨਾ, ਇਹਨੂੰ ਦੇਖਣਾ, ਇਹ ਕਲਾਕਾਰਾਂ ਦੀ ਪਤਾ ਨਹੀਂ ਕੀ ਦਿੰਦਾ, ਮੈਨੂੰ ਕੀ ਲੋੜ ਹੈ ਜੀ ਕਿਸੇ ਦੀ। ਤੁਹਾਨੂੰ ਇਹ ਲੱਗਦਾ ਹੈ ਕਿ ਜਦੋਂ ਤੋਂ ਵਿੱਕੀ ਮਿੱਡੂ ਖੇੜਾ ਦੇ ਕੇਸ 'ਚ ਤੁਸੀਂ ਬੋਲੇ ਅਤੇ ਉਦੋਂ ਤੋਂ ਤੁਸੀਂ ਟਾਰਗੇਟ 'ਤੇ? ਉਦੋਂ ਤੋਂ ਹੀ ਟਾਰਗੇਟ 'ਤੇ ਆਇਆ। ਇਹ ਅਕਸਰ ਹੁੰਦਾ ਹੈ ਸਾਰੇ ਆਰਟਿਸਟਾਂ ਨਾਲ ਕਿ ਫੋਨ ਆਉਂਦੇ ਰਹਿੰਦੇ ਹੋਣ, ਆਪਸ 'ਚ ਤੁਹਾਡੀ ਗੱਲ ਹੁੰਦੀ ਹੋਣੀ ਸਾਰਿਆਂ ਦੀ, ਅਤੇ ਜਾਂ ਜਿਹੜੇ ਤੁਹਾਡੇ ਸਰਕਲ ਦੇ ਦੋਸਤ ਹੋਣੇ ਉਹ ਦੱਸਦੇ ਆ ਵੀ ਹਾਂ ਯਾਰ ਮੈਨੂੰ ਵੀ ਤੰਗ ਕੀਤਾ ਜਾ ਰਿਹਾ? ਭਾਅ ਜੀ ਸਰਕਲ ਦਾ ਮੇਰਾ ਆਪਣਾ ਕੋਈ ਲੰਮਾ ਚੌੜਾ ਆਪਦੀ ਲਾਈਨ 'ਚ ਕਿਸੇ ਨਾਲ ਸਰਕਲ ਨਹੀਂ ਹੈਗਾ। ਮੇਰੇ ਖਾਸ ਬੰਦੇ ਆ ਜਿਹੜੇ ਮੇਰੇ ਭਰਾ ਆ, ਉਹ ਮੇਰੇ ਨਾਲ ਹੀ ਆ ਹਰ ਟਾਈਮ। ਪੁਰਾਣੀ ਕਹਾਵਤ ਆ, ਬੰਦਾ ਕਿੱਥੋਂ ਜੱਜ ਕੀਤਾ ਜਾਂਦਾ ਵੀ ਜਿਹਦੇ ਸੱਜਣ ਪੁਰਾਣੇ ਹੋਣ। ਅੱਜ ਮੇਰੇ ਨਾਲ ਜਿੰਨੇ ਵੀ ਮੇਰੇ ਭਰਾ ਆ, ਅਸੀਂ ਸਾਰੇ ਨਰਸਰੀ ਤੋਂ ਫਸਟ ਕਲਾਸ ਤੋਂ ਇਕੱਠੇ ਹਾਂ। ਆਰਟਿਸਟ ਲਾਈਨ 'ਚ ਮੈਂ ਬਾਹਲਾ ਵਰਤਦਾ ਨਹੀਂ,
क्योंकि अजकल किसी का कुछ नहीं पता भाजी कौन की है किसी का दिल नहीं पढ़ सकते क्योंकि सारे मूँह वधिया बोलते हैं। तुसी हर चीज विक्की नूं क्यों दसदे सीगे तुसी पुलिस नूं क्यों नहीं दसदे सी? नहीं पुलिस नूं भी दसदा जी गैंगस्टर दी अगर तुहानूं धमकी आई तो की चाहुंदे सी तुहाडे तों क्यों थ्रेट दित्ता उन्होंने तुहानूं या की कहिंदे सी फोन ते कोई गाणा गवाना चाहुंदे सी पैसे चाहुंदे सी की चाहुंदे सी? पता नहीं मैं क्योंकि मैं उन्हां नाल कोई लंबी वार्तालाप नहीं की जदों मैनूं फोन आया भी असीं फलाणे बोलदे हां तुसीं यूट्यूब ते साडा चैक कर लो असीं पिछे जिहा कुछ कीता मैं विक्की वीर ने फोन किया विक्की वीर मैं भीर कोई गैंगस्टर आ कोई आता फोन आया विक्की वीर कहिंदा उन्हूं ब्लॉक कर दे ब्लॉक किया पुलिस नूं दस्या संदीप नंगल अंबियां बहुत घेंट भरा सी भरा की मैं तो उस्ताद ही कहूँगा साडा सीनियर प्लेयर सी बड़ा प्यार लास्ट बबेली टूरनामेंट ते असीं इकट्ठे सी इक्को दम थोड़े टाइम बाद ही शॉकिंग न्यूज़ आउंदी आ भी नंगल अंबियां मारता उहदे विच फिर इन्हां दी पोस्ट दे विच मनकीरत औलख ਵਧੀਆ ਪਿਆਰ ਸੀ ਉਵੇਂ ਜਦੋਂ ਆਰਟਿਸਟ ਬਣੇ ਕਦੇ ਕਿਸੇ ਚੀਜ਼ ਦੀ ਲੋੜ ਪੈਣੀ ਤੇ ਵਿੱਕੀ ਵੀਰ ਨੂੰ ਕਹਿ ਦੇਣਾ ਪਰੇਸ਼ਾਨੀ ਆ ਤਾਂ ਵੀ ਕਹਿ ਦੇਣਾ ਤੇ ਵਿੱਕੀ ਨੂੰ ਕਿਉਂ ਟਾਰਗੇਟ ਕੀਤਾ ਗਿਆ ਤੁਹਾਨੂੰ ਕੀ ਲੱਗਦਾ ਉਹਦੀ ਕੀ ਵਜ੍ਹਾ ਸੀ ਇਹ ਮੈਨੂੰ ਨਹੀਂ ਪਤਾ ਭਾਜੀ ਕਿਉਂ ਕੀਤਾ ਗਿਆ ਕਿਉਂ ਨਹੀਂ ਕੀਤਾ ਗਿਆ ਪੁਲਿਸ ਇੰਟਰੋਗੇਸ਼ਨ 'ਚ ਇਹ ਆਉਂਦਾ ਹੈ ਕਿ ਵੀ ਸਿੱਧੂ ਮੂਸੇਵਾਲਾ ਦਾ ਜਿਹੜਾ ਮੈਨੇਜਰ ਸੀ ਸ਼ਗਨਪ੍ਰੀਤ ਉਹਨੇ ਰੈਕੀ ਕੀਤੀ ਸੀ ਤੁਹਾਨੂੰ ਇਹ ਗੱਲ ਪਤਾ ਸੀ? ਮੈਨੂੰ ਇਹ ਚੀਜ਼ਾਂ ਦਾ ਨਹੀਂ ਪਤਾ ਸੀ ਜਦੋਂ ਇਹ ਸਾਰੀਆਂ ਚੀਜ਼ਾਂ ਹੋ ਗਈਆਂ ਉਸ ਤੋਂ ਬਾਅਦ ਪਤਾ ਲੱਗਿਆ ਵੀ ਕੋਈ ਸ਼ਗਨਪ੍ਰੀਤ ਨਾਂ ਦਾ ਬੰਦਾ ਤੇ ਉਹ ਸਿੱਧੂ ਮੂਸੇਵਾਲੇ ਦਾ ਮੈਨੇਜਰ ਆ ਸ਼ਗਨਪ੍ਰੀਤ ਜੇ ਆ ਚੀਜ਼ 'ਚ ਇਨਵੋਲਵ ਹੈਗਾ ਸੀ ਉਹਦਾ ਨਾਮ ਆਇਆ ਉਹਨੂੰ ਸਾਹਮਣੇ ਆਉਣਾ ਚਾਹੀਦਾ ਸੀ ਜੇ ਸ਼ਗਨਪ੍ਰੀਤ ਆ ਚੀਜ਼ 'ਚ ਹੈਗਾ ਸੀ ਉਹਨੂੰ ਸਾਹਮਣੇ ਆ ਕੇ ਬੋਲਣਾ ਚਾਹੀਦਾ ਸੀ ਵੀ ਮੈਂ ਨਹੀਂ ਆ ਜਾਂ ਹੈਗਾ ਜੋ ਵੀ ਵਟ ਐਵਰ ਕਿਤੇ ਨਾ ਕਿਤੇ ਇਹ ਗੈਂਗਵਾਰ ਜੋ ਵੀ ਹੋਇਆ ਜੇ ਸ਼ਗਨਪ੍ਰੀਤ ਨਹੀਂ ਬੋਲਿਆ ਉਹ ਵੀ ਚੀਜ਼ ਗਲਤ ਹੋਈ। ਤੁਹਾਨੂੰ ਪੁਲਿਸ ਨੇ ਬੁਲਾਇਆ ਸੀ ਉਹਨੇ ਸਿੱਧੂ ਮੂਸੇਵਾਲਾ ਮਰਡਰ ਕੇਸ 'ਚ ਪੁੱਛਗਿੱਛ ਕਰਨ ਲਈ? ਹਾਂਜੀ। ਤੁਹਾਨੂੰ ਕਿਉਂ ਬੁਲਾਇਆ ਇਹਦੀ ਵਜ੍ਹਾ ਕੀ ਸੀ ਔਰ ਕੀ ਪੁੱਛਿਆ ਪੁਲਿਸ ਨੇ? ਮਰਡਰ ਹੁੰਦਾ ਸਿੱਧੂ ਦਾ ਮਰਡਰ ਹੋ ਜਾਂਦਾ ਮੈਂ ਕੈਨੇਡਾ ਜਾਂਦਾ ਤੇ ਮੇਰੀ ਉਹ ਫਲਾਈਟ ਪਤਾ ਨਹੀਂ ਕਿੰਨੀ ਪੁਰਾਣੀ ਬੁੱਕ ਸੀ ਮੇਰੀ ਵਾਈਫ ਪ੍ਰੈਗਨੈਂਟ ਸੀ ਉਹ ਟਾਈਮ 9ਵਾਂ ਮਹੀਨਾ ਸੀ 21 ਜੂਨ ਨੂੰ ਮੇਰੇ ਬੇਬੀ ਬੁਆਏ ਸਾਡੇ ਘਰ 'ਚ ਬੱਚਾ ਜਨਮ ਲੈਂਦਾ ਮੈਂ ਕੈਨੇਡਾ ਪਹੁੰਚਦਾ ਪਿੱਛੇ ਨਿਊਜ਼ ਚੈਨਲ ਵਾਲੇ ਜੀ ਉਹ ਕੈਨੇਡਾ ਭੱਜ ਗਿਆ ਮੈਂ ਤਾਂ ਚੀਜ਼ਾਂ ਸੁਣ ਕੇ ਹੈਰਾਨ ਵੇਖ ਕੇ ਹੈਰਾਨ ਵੀ ਯਾਰ ਕੀ ਡਿਲੀਵਰੀ ਟਾਈਮ ਉਦੋਂ ਜਦੋਂ ਫੋਨ ਦੇਖਿਆ ਕਰਾਂ ਘਰ ਆਇਆ 2-3 ਮਹੀਨੇ ਬੜੀ ਪਰੇਸ਼ਾਨੀ 'ਚ ਰਿਹਾ ਵੀ ਇਹ ਹੋ ਕੀ ਰਿਹਾ ਵੀ ਮੈਂ ਬੋਲਾਂ ਮੈਂ ਨਾ ਕਰਾਂ ਮੈਂ 1-2 ਵਾਰੀ ਬੋਲਿਆ ਵੀ ਪਰ ਮੀਡੀਆ ਨੇ ਮਨਕੀਰਤ ਔਲਖ ਨੂੰ ਕੈਡਾ ਕਨੈਗੇਟਿਵ ਬਣਾਤਾ ਕਿਹੜੀਆਂ ਚੀਜ਼ਾਂ 'ਚ ਇੱਕ ਫੋਟੋ ਕੱਢ ਲਈ 2014 ਦੀ ਮੈਂ ਕੋਈ ਰੋਪੜ ਜੇਲ੍ਹ ਸ਼ੋਅ ਲਾਇਆ ਸ਼ੋਅ ਦੀ ਉਹ ਫੋਟੋ ਕੱਢ ਲਈ ਵੀ ਮਨਕੀਰਤ ਔਲਖ ਦਾ ਗੈਂਗ ਨਾਲ ਐ ਆ ਉਹ ਟਾਈਮਾਂ 'ਚ ਜੇਲ੍ਹ ਦੇ ਵਿੱਚ ਰੋਪੜ ਜੇਲ੍ਹ ਦੇ ਵਿੱਚ ਸ਼ੋਅ ਹੋਇਆ ਉਹ ਪ੍ਰਸ਼ਾਸਨ ਨੇ ਸ਼ੋਅ ਕਰਵਾਇਆ ਤਾਂ ਹੀ ਹੋਇਆ ਐਂ ਤਾਂ ਨਹੀਂ ਸ਼ੋਅ ਹੋ ਗਿਆ ਉੱਥੇ ਮੈਂ ਪਹੁੰਚਿਆ ਮੈਂ ਸ਼ੋਅ ਲਾਇਆ ਉਹ ਫੋਟੋ ਆ ਐਵੇਂ ਤਾਂ ਨਿਮਰਤ ਖਹਿਰਾ ਵੀ ਇੱਕ ਸ਼ੋਅ 'ਚ ਕਹੀ ਜਾਂਦੀ ਹੈ ਵੀ ਇਹ ਸਪੋਂਸਰ ਕੀਤਾ ਜੀ ਲੋਰੈਂਸ ਬਿਸ਼ਨੋਈ ਜੀ ਦਾ ਬੜਾ ਧੰਨਵਾਦ ਐਂ ਕਰਕੇ ਜਿਨ੍ਹਾਂ ਨੇ ਸ਼ੋਅ ਇਹਦਾ ਮਤਲਬ ਆ ਤਾਂ ਨਹੀਂ ਹੋਇਆ ਵੀ ਉਹ ਵੀ ਹਨਾ ਇਹ ਨਿਊਜ਼ ਵਾਲੇ ਆਪਣੇ ਸੋਰੀ ਤੁਸੀਂ ਗੁੱਸਾ ਨਾ ਕਰਿਓ ਐਡਾ ਕੁ ਨਾ ਮੈਂ ਨਹੀਂ ਕਰਦਾ ਐਡਾ ਕੁ ਗੰਦ ਪੈ ਚੁੱਕਿਆ ਭਾਜੀ ਆਪਦੇ ਚੈਨਲ ਆਪਦਾ ਧੱਕੇ ਨਾਲ ਸੋ ਮੈਨੂੰ ਇਹ ਚੀਜ਼ਾਂ 'ਚ ਮੈਂ ਕੇਅਰ ਨਹੀਂ ਕੀਤੀ ਮੈਂ ਕਿਹਾ ਯਾਰ ਵੀ ਜਦੋਂ ਕੋਈ ਐਵੇਂ ਦੀ ਚੀਜ਼ ਹੀ ਨਹੀਂ ਹੈਗੀ ਤੇ ਆਪਾਂ ਨੂੰ ਕੀ ਆਪਾਂ ਕਿਉਂ ਕਰਨਾ ਗਲਤੀ ਮੇਰੇ ਤੋਂ ਆ ਹੋਈ ਜਿਹੜਾ ਮੈਂ ਬੋਲਿਆ ਨਹੀਂ ਕਿਉਂਕਿ ਭਾਜੀ ਹੁਣ ਵੀ ਮੈਂ ਤੁਹਾਡੇ ਨਾਲ ਬੋਲੀ ਜਾਂਦਾ ਮੈਨੂੰ ਕੋਈ ਬੜਾ ਬੋਲਣਾ ਬਾਲਣਾ ਆਉਂਦਾ ਨਹੀਂ ਕਿਉਂਕਿ ਆਪਾਂ ਵਿਸ਼ਵਾਸ ਰੱਖਦੇ ਹਾਂ ਆਪਣੇ ਰੱਬ ਤੇ ਪੁਲਿਸ ਦੇ ਸਾਹਮਣੇ ਕਿੱਦਾਂ ਬੋਲ ਰਹੇ ਸੀ ਉਹਨਾਂ ਨੇ ਵੀ ਤਾਂ ਪੁੱਛਿਆ ਹੀ ਹੋਣਾ ਐਵੇਂ ਬੋਲੀ ਜਾਂਦੇ ਭਾਜੀ ਜਿਵੇਂ ਤੁਹਾਡੇ ਨਾਲ ਬੋਲੀ ਜਾਂਦਾ ਜਿਹੜੇ ਬੰਦੇ ਮੈਨੂੰ ਜਾਣਦੇ ਜਿਨ੍ਹਾਂ ਨੂੰ ਪਤਾ ਮਨਕਿਰਤ ਕੀ ਚੀਜ਼ ਆ ਭਾਈ ਉਹ ਦੱਸ ਸਕਦੇ ਤੁਹਾਨੂੰ ਪੁੱਛਿਆ ਕਿ ਪੁਲਿਸ ਵਾਲਿਆਂ ਨੇ ਉਹਨਾਂ ਕੋਲ ਕੋਈ ਸਬੂਤ ਹੈ ਜਾਂ ਜਸਟ ਨਹੀਂ ਪੁਲਿਸ ਵਾਲਿਆਂ ਨੇ ਤਾਂ ਜਿਹੜੀ ਚੀਜ਼ ਕੀਤੀ ਵੀ ਕਹਿੰਦੇ ਵੀ ਕਿਉਂਕਿ ਪੁਲਿਸ ਨੇ ਮੈਨੂੰ ਬੜਾ ਟਾਈਮ ਪਹਿਲਾਂ ਹੀ ਵੀ ਮੈਂ ਇਹ ਮਨਕਿਰਤ ਦੀ ਕੋਈ ਇਨਵੋਲਵਮੈਂਟ ਨਹੀਂ ਹੈਗੀ ਮੈਂ ਪੁਲਿਸ ਵਾਲਿਆਂ ਨੂੰ ਪੁੱਛਿਆ ਵੀ ਮੇਰਾ ਉਹ ਕਹਿੰਦੇ ਵੀ ਸਾਨੂੰ ਫੈਮਿਲੀ ਵੱਲੋਂ ਚੀਜ਼ ਆ ਰਹੀ ਹੈ ਮੈਂ ਸੋਚਿਆ ਵੀ ਚਲੋ ਠੀਕ ਆ ਪੁੱਛ ਲਓ ਬਸ ਤੁਸੀਂ ਉਹ ਦਿਨ ਕਿੱਥੇ ਸੀ ਕਿਵੇਂ ਸੀ ਕੀ ਕੁਛ ਸੀ ਸਿੱਧੂ ਨਾਲ ਤੁਹਾਡੀ ਇੱਕ ਤਾਂ ਤੁਸੀਂ ਕਿਹਾ ਉਹ ਜਿੱਥੇ ਤੁਸੀਂ ਰਹਿੰਦੇ ਸੀ ਉੱਥੇ ਉਹ ਰਹਿੰਦੇ ਸੀ ਇਸ ਤੋਂ ਇਲਾਵਾ ਕੋਈ ਨੇੜਤਾ ਹੋਈ ਹੋਵੇ ਜਾਂ ਤੁਸੀਂ ਇਕੱਠੇ ਗਾਣਾ ਗਾਉਣ ਦੀ ਕਦੀ ਦੋਵਾਂ ਦੀ ਗੱਲ ਹੋਈ ਹੋਵੇ ਇਸ ਤਰ੍ਹਾਂ ਦਾ ਕੋਈ ਸਬਬ ਬਣਿਆ ਜ਼ਿੰਦਗੀ 'ਚ? ਹਾਂ ਬੜਾ ਭਾਜੀ 2019 ਦੇ ਵਿੱਚ ਅਸੀਂ ਸਟੂਡੀਓ ਵੀ ਇਕੱਠੇ ਬੈਠੇ ਰਹੇ ਹਾਂ ਬ੍ਰੈਂਪਟਨ ਸੀ ਹੋਟਲ 'ਚ ਸਿੱਧੂ ਮੈਨੂੰ ਪਿੱਕ ਕਰਨ ਆਇਆ ਸਿੱਧੂ ਅਤੇ ਨਾਲ ਸੀ ਗੀਤਾ ਬੈਂਸ
ਤੇ ਅਸੀਂ ਸਟੂਡੀਓ ਵੀ ਬੈਠੇ ਰਹੇ ਹਾਂ, ਬੜਾ ਟਾਈਮ ਗੱਲਾਂ ਵੀ ਕਰੀ ਗਏ ਹਾਂ, ਬਹੁਤ ਪਿਆਰ ਸੀ। ਉਹਨਾਂ ਦੇ ਘਰ ਵਾਲੇ ਕਿਉਂ ਖਿਲਾਫ ਹੋ ਗਏ? ਤੁਹਾਨੂੰ ਇਹ ਨਹੀਂ ਲੱਗਦਾ ਵੀ ਅਗਰ ਉਹਨਾਂ ਦੇ ਪੇਰੈਂਟਸ ਉਹਦੇ ਫਾਦਰ ਬਾਰ ਬਾਰ ਨਾਮ ਲੈਂਦੇ ਤਾਂ ਉਹਦੀ ਕੀ ਵਜ੍ਹਾ? ਬਈ ਮੈਂ ਚੀਜ਼ ਕਿਵੇਂ ਕਹਿ ਸਕਦਾ, ਕੀ ਕਹਿ ਸਕਦਾ? ਕਿਸੇ ਦਾ ਜਵਾਨ ਪੁੱਤ ਮਰਿਆ ਹੋਵੇ, ਉਹ ਵੀ ਮਾਪਿਆਂ ਦੀ ਮੀਡੀਆ ਦਿਖਾਈ ਇੱਕ ਰਿਹਾ ਨਾ, ਹਰ ਚੀਜ਼ ਦੇ ਪਿੱਛੇ ਕੁਐਸਚਨ ਮਾਰਕ ਲਾ ਦਿੰਦਾ, ਆਹ ਗੈਂਗਸਟਰ ਨਾਲ ਮਨਕੀਰਤ ਦਾ ਰਿਸ਼ਤਾ ਹੋ ਸਕਦਾ ਕਿ ਨਹੀਂ, ਯੈਸ ਦੱਸੋ ਜਾਂ ਨਾ ਦੱਸੋ। ਉਹ ਆਪਦੇ ਚੰਦ ਵਿਊਆਂ ਖਾਤਰ, ਆਪਦੇ ਚੰਦ ਰੁਪਈਆਂ ਖਾਤਰ ਉਹਨਾਂ ਨੂੰ ਮਨਕੀਰਤ ਔਲਖ ਲੱਭ ਗਿਆ ਵੀ ਇਹ ਪਾ ਦਿਓ ਜਿੱਥੇ ਫਿੱਟ ਹੁੰਦਾ। ਬੜਿਆਂ ਨੇ ਕਿਹਾ ਇਹਨਾਂ 'ਤੇ ਕੋਈ ਕੇਸ ਪੈਂਦਾ, ਡੈਫਾਮੇਸ਼ਨ ਪਤਾ ਨਹੀਂ ਕੀ ਪੈਂਦਾ, ਕਿਵੇਂ ਪਾਈਦਾ ਕੀ ਨਹੀਂ। ਮੈਂ ਕਿਹਾ ਵੀ ਠੀਕ ਆ, ਬੋਲੀ ਜਾਣ ਦਿਓ, ਆਪਣੇ ਦਿਲ ਨੂੰ ਪਤਾ, ਆਪਣੇ ਸੱਚੇ ਵਾਹਿਗੁਰੂ ਨੂੰ ਪਤਾ। ਕਹਿੰਦੇ ਆ ਵੀ ਚੈਨਲ ਵਾਲੇ ਮਨਕੀਰਤ ਔਲਖ ਦਾ ਹੱਥ ਹੋ ਸਕਦਾ। ਮੇਰਾ ਇੱਕ ਪੁੱਤ ਆ ਭਾਜੀ, ਮੈਂ ਆਪਦੇ ਪੁੱਤ ਨੂੰ ਗੁਰਦੁਆਰੇ ਲੈ ਕੇ ਚੜ੍ਹਦਾ ਵੀ ਇਹ ਕਰਨਾ ਤਾਂ ਬੜੀ ਦੂਰ ਦੀ ਗੱਲ, ਵੀ ਮਨਕੀਰਤ ਔਲਖ ਇਹ ਚੀਜ਼ ਸੋਚ ਵੀ ਜਾਵੇ। ਜਿਸ ਤਰ੍ਹਾਂ ਤੁਸੀਂ ਦੁਖੀ ਹੋ ਕਿ ਵਿੱਕੀ ਦਾ ਮਰਡਰ ਹੋਇਆ, ਜ਼ਾਹਿਰ ਜੀ ਗੱਲ ਹੈ ਕਿ ਮਰਡਰ ਵਾਕਈ ਉਸ ਤੋਂ ਵੱਡੀ ਗਲਤ ਗੱਲ ਫੈਮਿਲੀ ਆ ਨਹੀਂ ਹੋ ਸਕਦੀ। ਉਸੇ ਤਰ੍ਹਾਂ ਸਿੱਧੂ ਮੂਸੇਵਾਲਾ ਦਾ ਵੀ ਮਰਡਰ ਹੋਇਆ, ਸੰਦੀਪ ਨੰਗਲ ਅੰਬੀਆਂ ਭਾਜੀ, ਦੋ ਜਵਾਕ, ਇੱਕ ਗਰਲਾਲ ਬਰਾੜ, ਉੱਥੋਂ ਮਰਡਰ ਸਟਾਰਟ ਹੁੰਦੇ। ਤੁਹਾਡਾ ਜੇ ਕਿਸੇ ਦੀ ਰੰਜਿਸ਼ ਆ, ਕੁਛ ਉਹ ਕਰ ਲਓ, ਕੁਛ ਹੈਗਾ ਕੋਈ ਗੱਲਬਾਤ, ਇਹ ਗੈਂਗ ਵਾਲਿਆਂ ਨੂੰ ਮੈਂ ਕਹਿੰਦਾ। ਇਹ ਸੁਣਦੇ ਆ ਤੁਹਾਡੀ ਮਾੜੀ ਮੋਟੀ ਜਾਂ ਨਹੀਂ? ਮੈਂ ਤੁਹਾਡੇ ਮਾਧਿਅਮ ਰਾਹੀਂ ਕਹਿੰਦਾ ਵੀ ਜੇ ਤੁਹਾਡਾ ਕਿਸੇ ਨਾਲ ਰੌਲਾ ਹੈਗਾ, ਤੁਸੀਂ ਆਪ 'ਚ ਲੜੋ। ਗਰਲਾਲ ਬਰਾੜ ਮਾਰਿਆ, ਗਰਲਾਲ ਭਲਵਾਨ ਮਾਰਿਆ, ਵਿੱਕੀ ਮਿੱਡੂ ਖੇੜਾ, ਸਿੱਧੂ ਮੂਸੇਵਾਲਾ, ਸੰਦੀਪ ਨੰਗਲ ਅੰਬੀਆਂ, ਮੇਰੇ ਪਿੱਛੇ ਤੁਹਾਨੂੰ ਪਤਾ ਹੀ ਹੋਣਾ ਤੁਸੀਂ ਨਿਊਜ਼ 'ਚੋਂ, ਮੇਰੇ ਪਿੱਛੇ ਮੇਰੀਆਂ ਫੀਲਡਿੰਗਾਂ ਲੱਗ ਰਹੀਆਂ, ਬੜਾ ਕੁਛ ਹੋ ਰਿਹਾ। ਕਿਉਂ? ਮਨਕਿਰਤ ਮਾਰਤਾ ਤਾਂ ਬੱਲੇ ਬੱਲੇ ਹੋ ਜੂਗੀ, ਐਂ ਹੋ ਜੂਗਾ, ਹੋਰ ਸਾਡਾ ਖੌਫ ਹੋਊਗਾ। ਪਿਛਲੇ 1 ਸਾਲ ਤੋਂ ਰੋਜ਼ ਵੈਪਨ ਨੂੰ ਪਹਿਲਾਂ ਸਵੇਰੇ ਮੱਥਾ ਟੇਕ ਕੇ, ਗੁਰੂ ਗੋਬਿੰਦ ਸਿੰਘ ਸਾਹਿਬ ਦੀ ਫੋਟੋ ਅੱਗੇ ਹੱਥ ਜੋੜ ਕੇ ਰੋਜ਼ ਨਿਕਲਦਾ ਅਤੇ ਹਰ ਦਿਨ ਨੂੰ ਲਾਸਟ ਦਿਨ ਮੰਨ ਕੇ ਚੱਲਦਾ। ਡਰ ਲੱਗਦਾ? ਜੇ ਛੜੇ ਛਾਂਟ ਹੁੰਦੇ ਕਬਾਰੇ ਹੁੰਦੇ ਨਹੀਂ ਡਰਦੇ ਸੀ, ਅੱਜ ਪਿੱਛੇ ਪਰਿਵਾਰ ਆ, ਸੋਚਣਾ ਪੈਂਦਾ, ਦੇਖਣਾ ਪੈਂਦਾ। ਕਦੇ ਦਿਲ ਨਹੀਂ ਕੀਤਾ ਕਿ ਬਹੁਤ ਸਾਰੇ ਕਲਾਕਾਰ ਗਏ, ਮੈਂ ਸਿੱਧੂ ਦੇ ਫਾਦਰ ਸਾਹਿਬ ਨੂੰ ਮਿਲ ਕੇ ਆਵਾਂ, ਅਫਸੋਸ ਕਰਕੇ ਆਵਾਂ। ਮੈਂ ਭਾਅ ਜੀ ਕੈਨੇਡਾ ਚਲ ਗਿਆ ਸੀ, ਜਦੋਂ ਮੈਂ ਕੈਨੇਡਾ ਤੋਂ ਵਾਪਸ ਆਇਆ, ਮੈਂ ਸਭ ਤੋਂ ਪਹਿਲਾਂ ਪਲੈਨ ਹੀ ਇਹ, ਮੇਰੇ ਫਾਦਰ ਸਾਹਿਬ ਜਾ ਕੇ ਆਏ, ਸਿੱਧੂ ਦੇ ਘਰੇ ਹੋ ਕੇ ਆਏ, ਮੈਨੂੰ ਦੱਸਿਆ, ਮੈਨੂੰ ਫੋਟੋਆਂ ਭੇਜੀਆਂ, ਬੜਾ ਵਧੀਆ ਲੱਗਿਆ। ਤੁਹਾਨੂੰ ਕਿਉਂ ਨਹੀਂ ਲੱਗਿਆ ਵੀ ਮੈਂ ਵੀ ਜਾਵਾਂ? ਬਲਕੌਰ ਸਿੰਘ ਜੀ ਨੇ ਵੀ ਸਪੈਸ਼ਲ ਕਿਹਾ ਵੀ ਭਾਅ ਜੀ ਤੁਸੀਂ ਆਪਦੇ ਪੁੱਤ ਦਾ ਖਿਆਲ ਰੱਖਿਓ, ਸਾਡਾ ਤਾਂ ਚੱਲ ਗਿਆ, ਜੋ ਇਹ ਗੈਂਗਵਾਰ ਜਾਂ ਸਿਸਟਮ ਚੱਲ ਰਿਹਾ। ਪਰ ਜਦੋਂ ਨੂੰ ਮੈਂ ਇੱਥੇ ਆਇਆ, ਉਦੋਂ ਨੂੰ ਆਹ ਚੀਜ਼ਾਂ ਹੋਣ ਲੱਗ ਗਈਆਂ ਵੀ ਮਨਕੀਰਤ ਔਲਖ ਨੂੰ ਵੀ ਪਰਿਵਾਰ ਕਹਿੰਦਾ, ਮਨਕੀਰਤ ਔਲਖ ਤੋਂ, ਬੱਬੂ ਮਾਨ ਤੋਂ, ਆਹ ਕੋਈ ਲਿਸਟ ਆ, ਕੋਈ ਹੋਮਲੈਂਡ ਦੇ ਵਿੱਚ ਹੋਰ ਕੋਈ ਬੰਦੇ ਆ, ਉਹਨਾਂ ਤੋਂ, ਆਹ ਬੰਦਿਆਂ ਤੋਂ ਕੀਤਾ ਜਾਵੇ। ਮੈਂ ਤੁਸੀਂ ਜਿਹੜਾ ਕੈਨੇਡਾ ਗਏ ਸੀ ਉਹਦੇ ਮਰਡਰ ਤੋਂ ਬਾਅਦ, ਉਹ ਸਿਰਫ ਤੁਹਾਡੀ ਵਾਈਫ ਦੀ ਪ੍ਰੈਗਨੈਂਸੀ ਔਰ ਤੁਹਾਡੇ ਬੇਬੀ ਹੋਣ ਵਾਲਾ ਸੀ, ਇਸ ਕਰਕੇ? ਹਾਂਜੀ 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 ਭਾਜੀ, 1 ਮਈ ਨੂੰ, ਪਤਾ ਨਹੀਂ 2-3 ਮਈ ਨੂੰ, ਉੱਥੇ ਮੈਂ ਸ਼ੋਅ 'ਤੇ ਹੁੰਦਾ ਟੋਰਾਂਟੋ, ਸ਼ੋਅ ਲਾ ਕੇ, ਮੇਰੇ ਇੰਡੀਆ ਕੋਈ 2-3 ਸ਼ੋਅ ਹੁੰਦੇ ਆ, ਉਹ ਸ਼ੋਅ ਲਾਉਣ ਆਉਣਾ ਮੈਂ ਸਪੈਸ਼ਲ, ਉਹ ਸ਼ੋਅ ਲਾ ਕੇ ਅਤੇ ਮੈਂ ਵਾਪਸ ਜਾਣਾ ਹੁੰਦਾ। ਮੇਰੇ ਤਾਂ ਬਹੁਤ ਪਹਿਲਾਂ ਦੀ ਟਿਕਟ ਬੁੱਕ ਹੁੰਦੀ ਆ। ਸਿੱਧੂ ਮੂਸੇਵਾਲਾ ਦੇ ਫਾਦਰ ਸਾਹਿਬ ਨੂੰ ਤੁਸੀਂ ਵੈਸੇ ਨਹੀਂ ਮਿਲ ਪਾਏ, ਸਾਡੇ ਰਾਹੀਂ ਕਹਿਣਾ ਚਾਹੋਗੇ ਕੁਛ? ਕੈਮਰੇ 'ਤੇ ਕਹਿ ਦਿਓ, ਤੁਹਾਡਾ ਇੰਟਰਵਿਊ ਓਬਵੀਅਸਲੀ ਉਹ ਵੀ ਦੇਖਣਗੇ। ਬੜਾ ਵੱਡਾ ਦੁੱਖ ਹੈ ਭਾਜੀ, ਇੱਕ ਜਵਾਨ ਪੁੱਤ ਦਾ ਜਾਣਾ, ਉਹ ਵੀ ਇਕੱਲਾ ਇਕੱਲਾ, ਬਹੁਤ ਵੱਡੀ ਗੱਲ ਆ, ਮੈਂ ਕੁਛ ਕਹਿਣ ਜੋਗਾ ਹੈ ਹੀ ਨਹੀਂ। ਸੋ ਮੈਂ ਤਾਂ ਆਪਦੇ 'ਤੇ ਚੀਜ਼ ਦੱਸਦਾ ਵੀ ਆਪਣਾ ਬੜਾ ਸਪੱਬ ਬਣ ਰਿਹਾ, ਪਤਾ ਨਹੀਂ ਥੋੜ੍ਹੇ ਦਿਨਾਂ ਨੂੰ ਮੈਂ ਹੋਣਾ ਹੈ ਕੁਰਸੀ 'ਤੇ, ਨਹੀਂ ਹੋਣਾ। ਜਿਸ ਹਿਸਾਬ ਨਾਲ ਮੈਂ ਰੋਜ਼ 1 ਦਿਨ ਬਸ ਲਾਸਟ ਦਿਨ ਕਹਿ ਕੇ ਟਪਾ ਰਿਹਾ, ਮੈਨੂੰ ਪਤਾ ਬਹੁਤ ਨਜਾਇਜ਼ ਗੰਦ ਪੈ ਚੁੱਕਿਆ, ਬੜਾ ਕੀ ਕਹਾਂ ਮੈਂ ਇਹਦੇ ਬਾਰੇ। ਮੈਂ ਸਿੱਧੂ ਮੂਸੇਵਾਲਾ ਦੇ ਮਰਡਰ ਤੋਂ ਬਾਅਦ ਤੁਹਾਡੀ ਲਾਈਫ 'ਚ ਕੀ ਚੇਂਜ ਆਇਆ, ਕੀ ਬਦਲਾਅ ਆਇਆ? ਆਰਟਿਸਟ ਬਣ ਜੇ, ਇੰਡੀਆ ਨਾ ਰਵੇ। ਜੇ ਤੁਸੀਂ ਮਸ਼ਹੂਰ ਹੁੰਦੇ ਹੋ, ਇਹ ਤੁਹਾਡੀ ਸਭ ਤੋਂ ਪਹਿਲਾਂ ਤਾਂ ਸਾਰੀ ਉਮਰ ਲਾ ਦਿੰਦੇ ਮਸ਼ਹੂਰ ਹੋਣ 'ਚ, ਫਿਰ ਪਛਤਾਉਣੇ ਯਾਰ ਵੀ ਸਾਲ ਕੀ ਕਰਤਾ ਹੈ ਸਰ। ਕਿਉਂਕਿ ਮੈਂ ਆਪਦਾ ਦੱਸਾਂ ਭਾਈ, ਮੈਂ ਬਾਲਾ ਇਮੋਸ਼ਨਲ ਜਿਹਾ ਬੰਦਾ, ਤੁਸੀਂ ਫਿਰ ਕਹੋਗੇ ਵੀ ਆਪਦੇ ਮੂੰਹੋਂ ਇਹ ਗੱਲ ਫੱਬਦੀ ਨਹੀਂ। ਜੇ ਮੈਂ ਚਲਾਕ ਹੁੰਦਾ ਨਾ, ਜਦੋਂ ਵਿੱਕੀ ਵੀਰ ਦਾ ਮਰਡਰ ਹੋਇਆ ਸੀ, ਮੈਂ ਸਾਹਮਣੇ ਹੀ ਨਾ ਆਉਂਦਾ, ਬੜੇ ਕਲਾਕਾਰਾਂ ਨਾਲ ਪਿਆਰ ਸੀ, ਠੋਕ ਕੇ ਬੋਲਿਆ ਵੀ ਜੋ ਹੋਇਆ ਗਲਤ ਹੋਇਆ। ਬਸ ਸੰਦੀਪ ਨੰਗਲ ਅੰਬੀਆਂ, ਮੇਰਾ ਉਦਣ ਸ਼ੋਅ ਸੀ ਜਿੱਦਣ ਸੰਦੀਪ ਦੀ ਡੈਥ ਹੋਈ, ਮੈਨੂੰ ਪਤਾ ਕਿਵੇਂ ਰੋ ਰੋ ਕੇ ਐਂ ਵੇਖਣ ਸਰ, ਉਹ ਜਵਾਕਾਂ ਨੂੰ ਵੇਖ ਕੇ ਬਸ ਭੋਬੀ ਨਿਕਲ ਜਾ ਕਰੇ। ਫਿਰ ਐਸੀ ਲਾਈਫ ਤੋਂ ਐਸਾ ਫੇਮ ਹੋ ਕੇ ਕੀ ਕਰਨਾ ਭਾਅ ਜੀ ਇੱਥੇ? ਕੀ ਤੁਹਾਨੂੰ ਜਿੰਨਾ ਆਪਣੇ ਦੋਸਤਾਂ ਦੇ ਮਰਡਰ ਦਾ ਅਫਸੋਸ ਹੈ, ਉਨਾ ਹੀ ਤੁਹਾਨੂੰ ਸਿੱਧੂ ਦੇ ਮਰਡਰ ਦਾ ਅਫਸੋਸ ਵੀ ਹੈ? ਸਿੱਧੂ ਦੋਸਤ ਸੀ ਭਾਅ ਜੀ, ਮੈਂ ਤੁਹਾਨੂੰ ਦੱਸਿਆ ਵਰਤਦੇ ਰਹੇ ਹਾਂ ਕਿੰਨਾ ਅੱਛਾ, ਥੋੜ੍ਹਾ ਵਰਤਣਾ ਸਾਡੇ ਇਕੱਠਿਆਂ 'ਤੇ FIR ਆ। ਸਿੱਧੂ ਮੇਰੇ ਬਾਰੇ ਬੋਲਿਆ ਵੀ ਬੜੀ ਵਾਰੀ ਆ, ਇੱਕ ਵਾਰੀ ਮਾਸਟਰ ਸਲੀਮ ਨੇ ਕੁਛ ਕਹਿਤਾ ਸੀ, ਗੈਂਗਲੈਂਡ ਬਣਿਆ, ਐਵੇਂ ਬਣਿਆ, ਅੱਜ ਕੱਲ੍ਹ ਦੇ ਕਲਾਕਾਰ ਆਹ ਕੀ ਕਰੀ ਜਾਂਦੇ ਆ। ਸਿੱਧੂ ਨੇ ਸਟੇਜ 'ਤੇ ਕਿਹਾ ਸੀ, ਅੱਜ ਤਾਂ ਐਵੇਂ ਗੈਂਗਲੈਂਡ ਬਣਾਵਾਂਗੇ, ਐਵੇਂ ਗਾਵਾਂਗੇ। ਸਾਡੀ ਸਨੈਪਚੈਟ 'ਤੇ ਅਕਸਰ ਗੱਲ ਹੁੰਦੀ ਰਹਿੰਦੀ ਸੀ, ਬਹੁਤ ਪਿਆਰ ਸੀ। ਵਿੱਕੀ ਵੀਰ ਦੀ ਵੀ ਬੜੀ ਵਾਰੀ ਗੱਲ ਹੋਈ, ਕਿਉਂਕਿ ਵਿੱਕੀ ਵੀਰ ਦੇ ਫੋਨ ਥਾਣੀ ਵਿੱਕੀ ਵੀਰ ਨੇ 1-2 ਵਾਰੀ ਸਿੱਧੂ ਨਾਲ ਐਂ ਗੱਲ ਕਰ ਦਿੰਦਾ ਸੀ, ਅਤੇ ਵਿੱਕੀ ਵੀਰ 1-2 ਵਾਰੀ ਸਿੱਧੂ ਨੂੰ ਮਿਲਿਆ ਵੀ, ਮੇਰੇ ਸਾਹਮਣੇ ਫੋਨ 'ਤੇ ਵਿੱਕੀ ਅਤੇ ਸਿੱਧੂ ਵੀ ਗੱਲ ਕਰਦੇ ਰਹੇ ਆ। ਕੋਈ ਇਹੋ ਜਿਹੀ ਚੀਜ਼ ਨਹੀਂ ਸੀ। ਤੁਸੀਂ ਸਾਰੇ ਆਪਸ 'ਚ ਦੋਸਤ ਸੀ, ਤੁਹਾਡੇ 'ਚ ਕਿੱਦਾਂ ਇਹ ਗੈਂਗਸਟਰ ਵੜ ਗਏ ਔਰ ਕਿੱਦਾਂ ਇਹ ਮਰਡਰ ਹੋਣ ਲੱਗ ਗਏ, ਇਹ ਸਮਝ ਨਹੀਂ ਆਉਂਦੀ ਇਹ ਚੀਜ਼? ਭਾਅ ਜੀ ਪਤਾ ਨਹੀਂ ਕੀ, ਮੈਨੂੰ ਤਾਂ ਆਪ ਨਹੀਂ ਸਮਝ
ਕੰਪਨੀਆਂ ਬਣਾਉਣ ਲੱਗੇ। ਪਹਿਲਾਂ ਕੀ ਸੀ, ਪੈਸੇ ਮੰਗਦੇ ਸੀ, ਸਾਡੇ ਤੋਂ ਪੈਸੇ ਨਹੀਂ ਮੰਗਦੇ ਕਲਾਕਾਰਾਂ ਤੋਂ, ਤੁਸੀਂ ਗਾਣੇ ਦਿਓ, ਇੱਕ ਗਾਣਾ ਨਹੀਂ ਦੋ ਦੋ ਨਹੀਂ ਪੰਜ ਗਾਣੇ ਦਿਓ, ਐਂ ਦਿਓ ਕਿਸੇ ਦੇ ਪਿਓ ਦਾ ਰਾਜਾ ਭਾਅ ਜੀ ਗਾਣੇ ਦੀ ਹੈ। ਬੜੀ ਮਿਹਨਤ ਕਰਕੇ ਇੱਥੋਂ ਤੱਕ ਆਏ ਹਾਂ, ਮਰਨਾ ਕਬੂਲ ਆ, ਇਹੋ ਜਿਹਾ ਕੰਮ ਨਹੀਂ ਕਰ ਸਕਦੇ। ਤੁਹਾਨੂੰ ਲੱਗਦਾ ਕਿ ਪੰਜਾਬ ਦੀ ਇੰਡਸਟਰੀ 'ਤੇ ਗੈਂਗਸ ਹਾਵੀ ਹੋਣਾ ਚਾਹੁੰਦੇ ਆ? ਭਾਅ ਜੀ ਗੈਂਗਾਂ ਨੇ ਬੜੇ ਵੱਡੇ ਵੱਡੇ ਕਲਾਕਾਰਾਂ ਤੋਂ, ਹੁਣ ਮੈਂ ਕੈਮਰੇ 'ਤੇ ਨਹੀਂ ਕਹਿਣਾ ਚਾਹੁੰਦਾ ਚੀਜ਼ਾਂ, ਬੜੇ ਵੱਡੇ ਵੱਡੇ ਕਲਾਕਾਰਾਂ ਤੋਂ ਗਾਣੇ ਲਏ ਵੀ ਆ, ਗੈਂਗਸਟਰਾਂ ਨੇ ਕੰਪਨੀਆਂ ਬਣਾਈਆਂ, ਉਹ ਕੰਪਨੀਆਂ ਪੁਲਿਸ ਨੇ ਬੰਦ ਵੀ ਕਰਾਈਆਂ, ਉਹ 'ਤੇ ਵੱਡੇ ਵੱਡੇ ਕਲਾਕਾਰਾਂ ਨੇ ਗਾਣੇ ਦਿੱਤੇ ਵੀ ਆ। ਉਹ ਡਰ ਕਹਿ ਲਓ, ਉਹ ਕਿਸੇ ਚੀਜ਼ ਦਾ ਭੈ ਕਹਿ ਲਓ, ਮੈਨੂੰ ਨਹੀਂ, ਮੈਂ ਚੀਜ਼ ਬਾਰੇ ਨੋ ਕਮੈਂਟਸ, ਮੈਂ ਕੁਛ ਨਹੀਂ ਕਹਿ ਸਕਦਾ। ਵਿੱਕੀ ਨਾਲ ਤੁਹਾਡੇ ਕੀ ਸੰਬੰਧ ਸੀ, ਇਹ ਤਾਂ ਮੈਨੂੰ ਹੁਣ ਤੱਕ ਸਮਝ ਆ ਗਿਆ। ਲਾਰੈਂਸ ਨਾਲ ਤੁਹਾਡੇ ਕੀ ਸੰਬੰਧ ਹੈ? ਯੂਨੀਵਰਸਿਟੀ ਲਾਰੈਂਸ ਤੇ ਵਿੱਕੀ ਵੀਰ ਇਕੱਠੇ ਹੁੰਦੇ ਹੁੰਦੇ ਸੀ ਉਹ ਟਾਈਮਾਂ 'ਚ, ਜਦੋਂ ਮੈਂ ਲਾਰੈਂਸ ਨੂੰ ਵੀ ਜਾਣਦਾ ਵੀ ਲਾ ਲਓ ਉਹੀ 2010-11 ਦੀਆਂ ਗੱਲਾਂ, ਉਹ ਟਾਈਮਾਂ ਦੇ ਵਿੱਚ ਬੜੇ IPS, ਬੜੇ IAS, ਬੜੇ PPS ਸਾਡੇ ਬੇਲੀ ਰਹੇ ਆ, ਜਿਹੜੇ ਬਾਅਦ 'ਚ ਭਰਤੀ ਹੋਏ, ਕੋਈ ਮੰਨ ਲਓ ਐਂ ਤਾਂ ਫਿਰ ਉਹ ਕਦੋਂ ਜੇ ਕੋਈ ਚੀਜ਼ ਕੋਈ ਬੰਦਾ ਫੜਦੇ ਆ, ਕੁਛ ਫੜਦੇ ਆ, ਤਾਂ ਉਹਦੇ ਨਾਲ ਵੀ ਮਨਕਿਰਤਰ ਲਾਇਆ ਕਰੋ ਨਾ, ਵੀ ਮਨਕਿਰਤ ਦੇ ਦੋਸਤਾਂ ਨੇ ਇਹ ਕੀਤਾ, ਮਨਕਿਰਤ ਦੇ ਦੋਸਤਾਂ ਨੇ, ਇਹ ਸਭ ਮੀਡੀਆ ਮੂੰਹੋਂ ਗਾਲ੍ਹ ਨਿਕਲਦੀ ਭਾਅ ਜੀ ਕੱਢਦਾ ਨਹੀਂ, ਇਹ ਸਭ ਨਟੰਕੀ ਨੇ। ਕਿਸੇ ਨੇ ਦੱਸਿਆ ਵੀ ਡੈਫਾਮੇਸ਼ਨ ਪੈਂਦੀ ਇਹਨਾਂ 'ਤੇ, ਮੈਂ ਕਿਹੜੀ ਡੈਫਾਮੇਸ਼ਨ, ਕਿਹੜੀ, ਉਹ ਰੱਬ ਦੀ ਕਚਹਿਰੀ, ਉੱਥੇ ਨਿਆਂ ਹੋਣਾ ਭਾਅ ਜੀ। ਲਾਰੈਂਸ ਜਦੋਂ 2010-11 'ਚ ਤੁਹਾਨੂੰ ਜਾਣਦਾ ਸੀ, ਲਾਰੈਂਸ ਕੋਈ ਗੈਂਗਸਟਰ ਨਹੀਂ ਸੀ ਉਹ ਟਾਈਮਾਂ ਦੇ ਵਿੱਚ। ਉਸ ਤੋਂ ਬਾਅਦ ਮੈਂ ਲਾਰੈਂਸ ਨੂੰ 2014 'ਚ ਜਿਹੜੀ ਜੇਲ੍ਹ ਦੀ ਫੋਟੋ ਹੁੰਦੀ ਆ, ਮੈਨੂੰ ਪ੍ਰਸ਼ਾਸਨ ਦੁਆਰਾ ਬੁਲਾਇਆ ਜਾਂਦਾ, ਉੱਥੇ ਵਿੱਕੀ ਵੀਰ ਦਾ ਮਿੱਡੂ ਖੇਡੇ ਦਾ ਫੋਨ ਆਉਂਦਾ ਵੀ ਜੇਲ੍ਹ 'ਚ ਪ੍ਰਸ਼ਾਸਨ ਦਾ ਸ਼ੋਅ ਆ, ਪ੍ਰਸ਼ਾਸਨ ਤੋਂ ਵੀ ਫੋਨ ਕਰਾਇਆ ਜਾਂਦਾ ਵਿੱਕੀ ਵੀਰ ਦਾ ਖੁਦ ਆਉਂਦਾ ਵੀ ਐਂ ਕਰਕੇ। ਉੱਥੇ ਮੈਂ ਜਾਂਦਾ, ਮੇਰੇ ਨਾਲ ਹੋਰ ਵੀ ਕਲਾਕਾਰ ਹੁੰਦੇ ਆ, ਮੈਂ ਹੁੰਦਾ ਦਲਪ੍ਰੀਤ ਢਿੱਲੋਂ, ਕੁਲਬੀਰ ਝਿੰਜਰ, ਉੱਥੇ ਅੱਧਾ ਕੁ ਘੰਟਾ ਲਾ ਕੇ ਠੀਕ ਆ, ਉੱਥੇ ਮੈਂ ਪੋਸਟ ਵੀ ਪਾਉਂਦਾ ਵੀ ਸ਼ੋਅ ਬੜੇ ਲਾਏ, ਜੇਲ੍ਹ 'ਚ ਪਹਿਲੀ ਵਾਰੀ ਲਾਇਆ, ਅਤੇ ਉੱਥੇ ਮੈਂ ਕਹਿ ਕੇ ਵੀ ਆਉਣਾ ਵੀ ਨਾਮ ਲਿਖ ਕੇ ਲਾਰੈਂਸ ਬਿਸ਼ਨੋਈ ਵੀ ਬਾਬਾ ਇਹਨਾਂ ਨੂੰ ਛੇਤੀ ਬਾਹਰ ਕਰੇ, ਬਾਹਰ ਕੱਢੇ ਵੀ ਜੋ ਰਾਹ 'ਤੇ ਪਏ ਆ, ਰਾਹ 'ਚੋਂ ਨਿਕਲਣ, ਵਧੀਆ ਰਾਹ ਪੈਣ। ਲਾਰੈਂਸ ਦਾ ਨਾਮ ਲਿਖ ਕੇ ਪੋਸਟ ਕਿਉਂ ਪਾਈ? ਲਾਰੈਂਸ ਦਾ ਨਾਮ ਲਿਖ ਕੇ ਭਾਅ ਜੀ ਉੱਥੇ ਸ਼ੋਅ 'ਤੇ ਜਦੋਂ ਮੈਂ ਗਿਆ ਸੀ, ਉੱਥੇ ਹੋਰ ਵੀ ਬੜੇ ਬੰਦੇ ਸੀ, ਮੈਨੂੰ ਉਹ ਟਾਈਮਾਂ 'ਚ ਜਿਹੜੀ ਮੈਂ ਪੋਸਟ ਪਾਈ, ਨਿਕਲ ਸਰ ਮੈਨੂੰ ਵਿੱਕੀ ਵੀਰ ਨੇ ਵੀ ਇੱਕ ਯਾਰ ਸਪੈਸ਼ਲ ਥੈਂਕ ਯੂ ਜਿਹਾ ਕਰਦੇ ਵੀ ਤੈਨੂੰ ਬੁਲਾਇਆ, ਅਤੇ ਉੱਥੇ ਮੈਂ ਲਿਖਿਆ ਵੀ ਸਪੋਂਸਰਡ ਬਾਏ ਵਿੱਕੀ ਮਿੱਡੂ ਖੇੜਾ। ਲਾਰੈਂਸ ਗੈਂਗਸਟਰ ਸੀ ਪਰ ਉਦੋਂ? ਨਹੀਂ, ਉਦੋਂ ਲਾਰੈਂਸ ਵੀ ਕਿਹੜਾ ਗੈਂਗਸਟਰ ਸੀ ਭਾਅ ਜੀ, 2014 'ਚ ਕੋਈ ਲੜਾਈ ਪੜ੍ਹਾਈ ਵਾਲਾ ਸਿਸਟਮ ਹੋਊਗਾ, ਕਿਉਂਕਿ ਉਹ ਲਾਰੈਂਸ ਇੱਕ ਆਪਣਾ ਯੂਨੀਵਰਸਿਟੀ 'ਚੋਂ ਪੜ੍ਹ ਕੇ ਸਟੂਡੈਂਟ ਜਿਵੇਂ DAV ਕਾਲਜ ਯੂਨੀਵਰਸਿਟੀ ਟਾਈਮ 'ਚ ਹੁੰਦੇ ਸੀ, ਅਤੇ ਹਾਲਾਂਕਿ ਇਸ ਤਾਂ ਉੱਥੇ ਪੜ੍ਹਦੇ ਵੀ ਨਹੀਂ ਸੀ, ਇਸ ਤਾਂ ਉਵੇਂ ਸੀ ਮੇਲਾ ਵੇਖਣ ਵਾਲੇ। ਹੁਣ ਉਹਨਾਂ ਦੇ ਵਿੱਚੋਂ ਕੋਈ ਗੈਂਗਸਟਰ ਬਣ, ਕੋਈ ਗੈਂਗਸਟਰ ਬਣ ਗਿਆ, ਕੋਈ ਅਫਸਰ ਬਣ ਗਿਆ, ਕੋਈ ਹਰ ਬੰਦੇ ਦੀ ਅੱਡ ਚੀਜ਼ ਹੈ ਨਾ, ਅੱਜ ਮੇਰਾ ਕੀਤਾ ਹੀ ਕੁਝ ਹੋਰ ਆ, ਕੋਈ ਆਰਟਿਸਟ ਬਣ ਗਿਆ। ਹਾਂ, ਆਰਟਿਸਟ ਬਣ ਗਿਆ, ਹੁਣ ਆਰਟਿਸਟ ਨੂੰ ਉਹ ਚੀਜ਼ਾਂ ਨਾਲ ਧੱਕੇ ਨਾਲ ਜੋੜਿਆ ਜਾਵੇ। ਤੁਹਾਨੂੰ ਲੱਗਦਾ ਕਿ ਤੁਹਾਡੀ ਪੁਰਾਣੀ ਕੰਪਨੀ ਕਰਕੇ ਤੁਸੀਂ ਫਸ ਗਏ ਹੋ ਇੱਕ ਤਰ੍ਹਾਂ ਦੇ, ਐਸੀ ਚੀਜ਼ 'ਚ ਫਸ ਗਏ ਹੋ ਕਿ ਨਿਕਲ ਨਹੀਂ ਪਾ ਰਹੇ? ਨਹੀਂ ਭਾਅ ਜੀ, ਕੋਈ ਫਸੇ ਫੁਸੇ ਨਹੀਂ, ਉਹ ਬਾਬੇ ਦੀ ਮਿਹਰ ਆ। ਮੈਂ ਚੀਜ਼ ਠੋਕ ਵਜਾ ਕੇ ਕਹਿੰਦਾ ਮਨਕਿਰਤ ਔਲਖ, ਜੇ ਗਲਤ ਹੋਵੇ ਮੈਂ 2 ਮਹੀਨਿਆਂ ਵਾਸਤੇ, ਕਹਿੰਦੇ ਭੱਜ ਗਿਆ ਯਾਰ, ਇੰਨੇ ਗੈਂਗਸਟਰਾਂ ਦੀਆਂ ਮੈਨੂੰ ਧਮਕੀਆਂ, ਜਾਨੋ ਮਾਰਦਾ ਮੈਨੂੰ ਸਿਸਟਮ, ਭੱਜ ਕਿੱਥੇ ਗਿਆ, ਬੰਦਾ ਪਰਿਵਾਰ ਕੋਲ ਵੀ ਨਹੀਂ ਜਾ ਸਕਦਾ। ਮੈਂ ਕਹਿੰਦਾ ਜੀ ਮੇਰਾ ਨਾਰਕੋ ਟੈਸਟ ਕਰਾਓ, ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਨਿਕਲੇ, ਜੇ ਮਨਕਿਰਤ ਔਲਖ ਕਿਸੇ ਚੀਜ਼ 'ਚ ਇਨਵੋਲਵ ਆਊਗਾ, ਉਹ ਪੁਲਿਸ ਉਹੀ ਕਰਨ ਦੀ ਕੋਸ਼ਿਸ਼ ਕਰ ਰਹੀ ਹੁਣ। ਮੈਂ ਕਹਿੰਦਾ ਜੀ ਜੇ ਕੋਈ ਮਹਿੰਗਾ ਵੀ ਹੁੰਦਾ ਪੈਸੇ ਮੈਂ ਦਊਂਗਾ, ਮੇਰਾ ਇੱਕ ਜਵਾਕ ਆ, ਮੈਨੂੰ ਲੈ ਕੇ ਗੁਰਦੁਆਰੇ ਚੜ੍ਹਦਾ। ਮੈਂ ਕਹਿੰਦਾ ਭਾਅ ਜੀ ਨਾਰਕੋ ਟੈਸਟ ਕਰਾਇਆ ਜਾਵੇ, ਮੇਰਾ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਨਿਕਲੂਗਾ। ਆ ਜਿਹੜੇ ਆ ਰੁਪਈਆ ਰੱਖਣ ਨੂੰ ਫਿਰਦੇ ਆ ਮਨਕਿਰਤ ਔਲਖ 'ਤੇ, ਆ ਜਿਹੜੇ ਫੇਕ ਮੀਡੀਆ ਵਾਲੇ ਫੇਕ ਚੀਜ਼ ਕਰਕੇ ਵੀ ਸਾਡੇ ਵਿਊ, ਕਿਉਂਕਿ ਊਂ ਦਾ ਵਿਊ ਆਉਂਦੇ ਨਹੀਂ, ਜੇ ਮਨਕਿਰਤ ਔਲਖ ਨਾਂ ਪਾ ਦਿੰਦੇ ਆ, ਹੱਲਾ ਗੁੱਲਾ ਮਨਕਿਰਤ ਔਲਖ ਕੁਛ ਵੀ ਚੀਜ਼, ਫਿਰ ਇਹਨਾਂ ਦਾ ਸਰਕਾਰ ਨੂੰ ਮੈਂ ਰਿਕੁਐਸਟ ਕਰੂੰਗਾ ਕੁਛ ਕੀਤਾ ਜਾਵੇ, ਇਹ ਬੰਦ ਕੀਤੇ ਜਾਣ, ਕਿਉਂਕਿ ਇਹਦਾ ਨਿਊਜ਼ ਬਣਾ ਕੇ ਪਾਤੀ ਇਹਨਾਂ ਨੇ, ਜਿਹੜੇ ਬੰਦੇ ਨੂੰ ਪਤਾ ਉਹਨੂੰ ਤਾਂ ਠੀਕ ਆ, ਬਾਕੀਆਂ ਲਈ ਤਾਂ ਜਿਹਦਾ ਨਾਮ ਪਾ ਕੇ ਯੂਜ਼ ਕਰਦੇ ਆ, ਹੁਣ ਤਾਂ ਗੁਣੇਗਾਰੀ ਬਣਾ ਰਿਹਾ। ਅਗਰ ਮੰਨ ਲਓ ਲਾਰੈਂਸ ਤੁਹਾਡੇ ਨਾਲ ਪੜ੍ਹਦਾ ਸੀ, ਲਾਰੈਂਸ ਕ੍ਰਾਈਮ ਕਰਦਾ ਹੈ, ਲਾਰੈਂਸ ਤੁਹਾਨੂੰ ਜਾਣਦਾ ਸੀ, ਲਾਰੈਂਸ ਦੇ ਨੂੰ ਲੈ ਕੇ ਕੋਈ ਪੋਸਟ ਪਾਈ ਸੀ ਤੁਸੀਂ, ਜਾਂ ਵਿੱਕੀ ਮਿੱਡੂ ਖੇੜਾ ਦਾ ਮਰਡਰ ਹੋਇਆ, ਉਹ ਤੁਹਾਡੇ ਫਰੈਂਡ ਸੀਗੇ, ਸੋ ਇਹਨਾਂ ਚੀਜ਼ਾਂ ਨੂੰ ਲੈ ਕੇ ਗਲਤਾਂ ਹੋਏਗੀ ਨਾ ਸਮਾਜ 'ਚ, ਤੁਸੀਂ ਆਪਣੀ ਕਲੈਰਿਟੀ ਦਿਓ, ਗੱਲ ਠੀਕ ਹੈ? ਭਾਅ ਜੀ ਦਿੱਤੀ ਕਲੈਰਿਟੀ, ਬੜੀ ਵਾਰੀ ਕਿਹਾ, ਜਦੋਂ ਡੈਥ ਹੋਣ ਤੋਂ ਬਾਅਦ 'ਚ ਵੀ ਮੈਂ ਬੋਲਿਆ, ਜਦੋਂ ਸਿੱਧੂ ਵੀਰ ਦੀ ਡੈਥ ਹੁੰਦੀ ਆ ਉਦੋਂ ਵੀ ਮੈਂ ਬੋਲਿਆ ਵੀ ਆਹ ਚੀਜ਼ਾਂ ਨਾ ਕੀਤੀਆਂ ਜਾਣ, ਮੀਡੀਆ ਨੂੰ ਮੈਂ ਬੜੇ ਮੈਸੇਜ, ਮੈਨੂੰ ਪ੍ਰਸ਼ਾਸਨ ਵੱਲੋਂ ਵੀ ਚੀਜ਼ ਕੀਤੀ ਜਾਂਦੀ ਆ ਵੀ ਭਾਅ ਜੀ ਵੀ ਬਾਹਰ ਵੀ ਇੱਥੇ ਸੇਫ ਨਹੀਂ ਆ, ਅਤੇ ਮੈਂ ਬਾਹਰ ਤਾਂ ਜਾਣਾ ਹੀ ਸੀ। ਤੁਸੀਂ ਜ਼ਿਆਦਾ ਸੇਫ ਕਿੱਥੇ ਮਹਿਸੂਸ ਕਰਦੇ ਹੋ, ਬਾਹਰ ਜਾਂ ਇੰਡੀਆ 'ਚ? ਭਾਅ ਜੀ ਸੇਫ ਸੂਫ ਵਾਲਾ ਤਾਂ ਮੈਂ ਕੀ ਦੱਸਾਂ, ਸੇਫ ਕਿੱਥੇ ਮਹਿਸੂਸ ਕਰਨਾ, ਹਰ ਦਿਨ ਨੂੰ ਲਾਸਟ ਦਿਨ ਮੰਨ ਕੇ ਚੱਲ ਰਿਹਾ, ਕੋਈ ਵੇਖਿਆ ਉਸ ਤੋਂ ਬਾਅਦ ਮੇਰਾ ਕੋਈ ਗਾਣਾ ਆਇਆ ਹੋਵੇ, ਕੋਈ ਇੱਕ ਦੋ ਲੀਕ ਲੂਕ ਗਾਣੇ ਕਿਸੇ ਨੇ ਕਰਤੇ ਹੁਣ, ਕੋਈ ਆ ਗਏ, ਮੈਂ ਕੁਛ ਰਿਲੀਜ਼ ਨਹੀਂ ਕਰ ਰਿਹਾ, ਕੋਈ ਕੁਛ ਨਹੀਂ। ਗੈਂਗਸਟਰਾਂ ਦਾ ਡਰ ਹੈ ਤੁਹਾਨੂੰ ਜਾਂ ਆਪ ਸਟੇਜ 'ਤੇ ਜਾਣ ਦੀ ਹਿੰਮਤ ਨਹੀਂ ਹੋਈ? ਕਿਸੇ ਤੋਂ ਡਰਦਾ ਨਹੀਂ ਭਾਅ ਜੀ, ਕੋਈ ਡਰ ਡੁਰ ਕਿਹੜਾ ਹੈ ਭਾਅ ਜੀ, ਡਰ ਡੁਰ ਬਥੇਰਾ ਕਰ ਲਿਆ, ਠੀਕ ਆ ਪਰਿਵਾਰ ਕਹਿੰਦਾ ਵੀ ਆਪਾਂ ਨੂੰ ਕੀ ਲੋੜ ਆ,
कि इन्हों का माड़ा किया भाजी। इन्हों मैं एक चीज़ कहना जिदन इन्ह के आपदे जवाक से किसी तरह चीज़ आई इन्ह ने लत्त ने भार नहीं चलना वह गल आ भगत सिंह जम्मे जम्मे गवांढ़ियों के गवांढ़ियों की धी भजे उन्होंने कहें पंड सी पापा की आपदी इन्हों की भजे तो कह मर्जी जवाकों की यहो जे बंदे ने। सो मनकीरत तालक इन्हों को एक सॉफ्ट टारगेट मिले हुआ जिते कोई न्यूज़ इन्हों का चैनल ढिला पवे किसी का उत्थे पा देंगे मनकीरत तालक। गल मनते हो कैमरा से कि जदों का लॉरेंस का क्रिमिनल रिकॉर्ड है तुहाडा कोई संबंध नहीं? भाजी मेरे कोई संबंध नहीं, मैं कदे किसी नाल भी लॉरेंस जदों मैनू जानता सी वह एक स्टूडेंट लीडर सी ते वधिया मुंडा सी ते जदों दा लॉरेंस गैंगस्टर वाली चीज होया मेरा मेरी लाइन ही हो रहा मैनू उस चीज़ का कोई मतलब ही नहीं। मैं आपदी लाइन च आपदा मेहनत कर रहा आपदा स्ट्रगल कोई टेलीफोन ते गल नहीं होंदी मेरी मेरा फोन मेरे फोन तो मैं कदे भी तुसीं मेरा फोन रख लो मेरा फोन चैक कर लो मैनू कदे किसी का फोन आ भी जाए मेरा कोई नंबर किसी नूं दे भी दे मैं वह ब्लॉक कर दिंदा। हुण मैनू तुहाडा फोन आ गया जी मैं आह गैंगस्टर बोल रहा मैनू की पता भी कोई होर फोन करदा होवे की करदा होवे पर जेल चो कदी तुहानू उहनां दा फोन नहीं आया या तुहाडी लॉरेंस नाल कोई गल मेरी 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 कदे कोई गल नहीं हुई। पंजाब नूं बर्बाद करन च गन कल्चर की बड़ी भूमिका दसी जा रही है, पुलिस पूरी तरह कोशिश कर रही है कि इस गन कल्चर नूं खत्म किया जाए, तुहाडा हर गाना गन कल्चर नूं प्रमोट करता है। भाजी मैं गाने गल्लां मिठियां सोहणे कदर करी दी ख्याल कुवारी ये गाउना रहा गैंगलैंड बदनाम तो गाया ही मे अज कित ब्याह च चल जाओ कित चल जाओ की चल की रहा जो लोगों को पसंद आर्टिस्ट ने ही गाना है। मैं किया चेंज बिचों जे मेरा तुम गाना सुनो बेबी बेबी बड़ा वीडियो से भी पैसा लाया बड़ा कुछ हो गया डिप्रैशन चल जाता बंदा क्योंकि बीबी बूबी अज नहीं चलता अचक गाने चीज़ा चलता ही भाजी जो चलता लोग कर रहे हैं। गन कल्चर कोई गन गुन कल्चर नहीं है, ये एंटरटेनमेंट आ कोई आ नहीं है मैं आका तो अठर फलाना कुछ ऐसा मेरे अर्गे ने मारी कुत्ते नूं सोटी नहीं होंदी। हासा लिया एक एंटरटेनमेंट का साधन जो बंदा कदे स्ट्रैस च होवे गड्डी च म्यूजिक ला लैंदा खुश जा हो जांदा क्योंकि पंजाबी गाने च एक बंदे नूं आ पूरा बनाया जांदा भी तू ही है शेर बस ठीक आ। कोई माड़ू बंदा जिन्हों उहदा बॉस झड़के स्ट्रैस च होवे तो बेचारा मर जू गड्डी गुड्डी च आके वधिया गाना ला ले भी पिंड पिया सारा गैंगलैंड कुछ गा दे ठीक है। सिद्धू दे गाने बड़े घेंट सारिया दे कोई गाना लैके बंदा थोड़ी फीलिंग ले ले दैट सैट इन्ना काम ही हुंदा। छोले फिल्म किन्ना टाइम लगी रही सिनेमिया च किन्ने क अपने घर गब्बर सिंह जम गए ये गल्लां भाजी। गुरदास मान ने कभी बंदूकां नहीं फड़ियां अठ अठ रैफलां नहीं चक्कियां फिर भी वह पंजाब दे दिल ते राज कर गए ते हुण देख लो कि लोगों ने यही चीज़ मैं तो जो कुछ भी नहीं मान साहब वर्गे एडिया तकड़िया शख्सियत जिन्हों हर बच्चा कहता सी मेरा फेवरेट सिंगर गुरदास मान। मैं जो मैं छोटा सी कोई एक गलती कोई ला लो कोई हुई नालों नाल ही चेंज अपने लोगों को भी ऐ नहीं करना चाहिए। मान साहब ने सारी उम्र सपोर्ट की अपने पंजाबी कितने एक थान पर उन्होंने तो कोई स्टेटमेंट गलत दी गई मैं मानसा से जो मैं आपदे आप एक जवाक समझना बब्बू मान कोई छोटा नाम आ एडेक से जो बब्बू मान सुनते हैं मित्रा की छतरी तो उड गई है इन्ने इन्ने गाने उत्थे मैं सी आई ए पहली गल इतने बुला मैं सी आई उत्थे बैठा उत बह के मैं रूम जो बाहर निकलिया मान साहब उत्थे आ हो गया पंजाब आ चीज़ा भी एडा आर्टिस्ट जिदे एडे फैन रहे हो मैं क्या कि कलाकारी की है तुहाडी गल हुई बब्बू मान नाल उत्थे? हाँ मैं हाथ मिलाया मान साहब नाल मैं पहला मैनू इंटरोगेट किया गया बाद च मान साहब नूं किया गया आपदे आपदे दिल नूं बड़ा चीज़ हुई मैं यार ये सब मीडिया गेम घुमा रहा है सानू बुलाया गया घरदियां दे कहण ते बहुत वड्डा हादसा होया भाजी जवान पुत जाना कोई आपां कोई बोल के इन्हां दा दर्द नहीं मंडा सकते। तसल्ली मिलनी चाहीदी है कि यार चलो आप पूछ लिया हूँ पुलिस ने जो मेरा कसूर हों पता लग जाए तसली तो मैं कहना कदों मर्जी बुला जी क्योंकि आप चीज़ भाजी सोच भी नहीं सकते आ चीज़ का सोच भी नहीं सकते। पंजाब पुलिस तुहाडी सिक्योरिटी भी कर रही है उही पंजाब पुलिस चाहती है कि एक गन कल्चरली पंजाबी सिंगर गन वाले गाने छड़ देन तो मनकीर तौल छड़ेगा या नहीं या गंदा रहेगा? छड़े ही है भाजी की किसी पासे एडा वड्डा हादसा हो के हटिया इंडस्ट्री का मूसेवाला कितने बेचारे ने इन्नी मेहनत करके इतने पहुंचा सी मेरे पिछे भी लगे हुए कित रैकिया हो क्योंकि सू इंटैलीजेंस ही खबर देंगी तुम्हें ध्यान रखना आपका ऐ रखना हजे खेड़े किसी गाने गुणे पास कोई ध्यान ही नहीं जा रहा जो तो जाऊगा सोचा गायकी तो सारी डिपेंड होंगी है स्टेज शोज से थोड़ी जे स्टेज शो ही नहीं हो गए फिर मनकीर औलख की कलाकारी भी इस क्राइम तो बाद खतरे च आ गई है। पता नहीं की मेहनत है कुछ समझ ही नहीं अपना तो भाजी मौजी बंद वाहगुरु का बस ना लईद आपका रोज सवेरे चपई साहब का पाठ करना फिर आपका वैपन उन्होंने मत्थे लाना फिर हर दिन लास्ट दिन
ਗੈਂਗਸਟਰਾਂ ਦੀ ਅਸੀਂ ਜਦੋਂ ਵੀ ਗੱਲ ਕਰਦੇ ਹਾਂ, ਚਾਹੇ ਉਹ ਮੀਡੀਆ ਵਾਲੇ ਹੋਣ ਚਾਹੇ ਪੁਲਿਸ ਹੋਏ, ਸਾਰੇ ਗੈਂਗਸਟਰਾਂ ਦੇ ਨਾਲ ਸਿੰਗਰਾਂ ਦਾ ਨਾਮ ਆ ਜਾਂਦਾ ਹੈ, ਇਹ ਨੈਕਸਸ ਜਿਹੜਾ ਵੀ ਜੁੜਿਆ ਭਾਅ ਜੀ, ਦਿਹਾੜੀ ਜਿਹੜਾ ਬੰਦਾ ਲਾਉਂਦਾ ਉਹਦੇ ਨਾਲ ਥੋੜ੍ਹੀ ਕੋਈ ਆਪਦਾ ਨਾਂ ਜੋੜੂਗਾ, ਜਿਸ ਗੱਲਾਂ ਵੀ ਉਹਨਾਂ ਦੀਆਂ ਹੁੰਦੀਆਂ ਜਿਨ੍ਹਾਂ 'ਚ ਕੋਈ ਗੱਲਬਾਤ ਹੁੰਦੀ ਹੈ, ਜਿਹਦਾ ਨਾਮ ਹੈਗਾ ਉਹਦੇ ਬਾਰੇ ਕੋਈ ਗੱਲ ਕਰੂਗਾ, ਉਹ ਕਿਸੇ ਦੀ ਕੋਈ ਗੱਲ ਕਿਉਂ ਕਰੂਗਾ? ਪਰ ਨੈਗੇਟਿਵ ਨਾਮ ਜੁੜਨ ਨਾਲ ਕੋਈ ਚੰਗੀ ਗੱਲ ਥੋੜ੍ਹਾ ਹੈ ਦਿਹਾੜੀ ਵਾਲੇ ਨਾਲ? ਹਾਂ, ਉਹੀ ਮੈਂ ਚੀਜ਼ ਕਹਿੰਦਾ ਵੀ ਨੈਗੇਟਿਵ ਇਹਨਾਂ ਦੇ ਵਿਊ ਬਣਦੇ ਆ, ਇਹ ਕਿਸੇ ਦੀ ਛਵੀ ਖਰਾਬ ਕਰੀ ਜਾਂਦੇ ਆ। ਮੈਂ ਕੋਈ 50 ਸਾਲਾਂ ਦਾ ਨਹੀਂ ਹੈਗਾ, ਮੈਂ 30 ਸਾਲਾਂ ਦਾ, ਮੇਰਾ ਪਹਿਲਾ ਐਕਸਪੀਰੀਅੰਸ ਆ ਜੋ ਮੇਰੇ ਨਾਲ ਹੋ ਰਿਹਾ, ਠੀਕ ਹੈ? ਮੈਂ ਬੁੰਦ ਲੈ ਜਾਂ ਵੇਖੀ ਜਾਂਦਾ, ਅੱਛਾ ਯਾਰ ਐਂ ਪਾਤੀ, ਕੋਈ ਮੈਨੂੰ ਲਿੰਕ ਭੇਜਦਾ ਐਂ ਪਾਤੀ, ਅੱਛਾ ਯਾਰ। ਜਦੋਂ ਆਪਦੀ ਹੱਕ ਦੀ ਕਮਾਈ ਦਾ ਇੰਨਾ ਕੁਛ ਖੱਟਣ ਡਿਆ ਤੇ ਅਸੀਂ ਆ ਗੈਂਗਸਟਰਾਂ ਤੋਂ ਕੀ ਲੈਣਾ? ਤੁਹਾਨੂੰ ਲੱਗਦਾ ਹੈ ਕਿ ਜੋ ਇਹ ਬ੍ਰੈਂਡਿੰਗ ਹੋਈ ਹੈ ਹੁਣ, ਇਹ ਬ੍ਰੈਂਡਿੰਗ ਥੋੜੇ ਕਿਤੇ ਲੱਥ ਜੇਗੀ ਤੁਹਾਡੇ ਤੋਂ, ਜੋ ਗੈਂਗਸਟਰਾਂ ਦੀ ਬ੍ਰੈਂਡਿੰਗ ਹੋ ਗਈ ਹੈ ਸਿੰਗਰਾਂ ਦੇ ਨਾਲ? ਲੱਥੇ ਤਾਂ ਵਧੀਆ ਭਾਜੀ, ਅੱਗੇ ਬੜੇ ਬੱਚੇ ਬੜੀ ਮਿਹਨਤ ਕਰਕੇ ਆ ਰਹੇ ਆ, ਨਹੀਂ ਤਾਂ ਗੈਂਗਸਟਰਾਂ ਨੇ ਸਾਈਨ ਕਰਨੇ ਆ, ਗੈਂਗਸਟਰਾਂ ਨੇ ਕੰਪਨੀਆਂ ਖੋਲੀਆਂ ਹੋਈਆਂ ਉੱਥੇ, ਜੇ ਏਡੇ ਵੱਡੇ ਵੱਡੇ ਆਰਟਿਸਟਾਂ ਦੇ ਗਾਣੇ ਗਵਾ ਸਕਦੇ ਆ, ਤਾਂ ਛੋਟੇ ਛੋਟੇ ਜਵਾਕ ਜਿਹੜੇ, ਇਹ ਕਾਫੀ ਟਾਈਮ ਤੋਂ ਚੱਲ ਰਿਹਾ ਜਿਹੜੇ ਗਾਣੇ ਗਵਾਉਣ ਦਾ ਸਿਲਸਿਲਾ, ਸਾਲ ਡੇਢ ਸਾਲ ਤੋਂ ਬਾਹਲਾ, ਕਿਆ ਇਹ ਮਜਬੂਰੀ ਹੋ ਗਈ ਹੈ ਪੰਜਾਬ ਦੇ ਸਿੰਗਰਾਂ ਦੀ ਕਿ ਗੈਂਗਸਟਰਾਂ ਦੀ ਕਿਸੇ ਨਾ ਕਿਸੇ ਤਰ੍ਹਾਂ ਉਹਨਾਂ ਨੂੰ ਪ੍ਰੋਟੈਕਸ਼ਨ ਲੈਣੀ ਪੈਂਦੀ ਹੈ? ਕਿਉਂ ਲੈਣੀ ਪੈਂਦੀ ਹੈ? ਕਿਸੇ ਦੀ ਨਹੀਂ ਲੈਣੀ ਪੈਂਦੀ। ਹੁਣ ਮੈਂ ਆ, ਮੇਰੇ ਤੋਂ ਕੋਈ ਗਾਣਾ ਮੰਗੇ, ਕੋਈ ਕਹਿ ਦੇ ਵੀ ਮੈਨੂੰ ਕਿਰਤਾ ਔਲਖ ਤੋਂ ਗਾਣਾ, ਨਹੀਂ ਦਊਂਗਾ, ਕਿਉਂਕਿ ਮੈਨੂੰ ਐਕਸਪੀਰੀਅੰਸ ਹੋ ਗਿਆ। ਜਦੋਂ ਕੋਈ ਨਵਾਂ ਜਵਾਕ ਆ, ਉਹਨੂੰ ਉਹ ਮਾੜਾ ਜਿਹਾ ਚੱਲਿਆ, ਉਹਨੂੰ ਕਹਿਣ ਹਾਂ ਵੀ ਬੱਚਾ ਕੀ ਕਰੂਗਾ ਭਾਜੀ, ਉਹ ਦਲ ਫਸੀ ਜਾਊਗਾ, ਤੁਸੀਂ ਸਮਝਦੇ ਗੱਲ? ਹੁਣ ਅਸੀਂ ਇੰਨੇ ਸਾਲ ਇਹ 'ਚ ਲਾ ਕੇ, ਮੈਨੂੰ ਅੱਜ 7 ਸਾਲ ਹੋ ਗਏ ਇੰਡਸਟਰੀ 'ਚ, ਆਪਦੀ ਮਿਹਨਤ ਕਰਕੇ ਆਪਦਾ ਬਸ ਰੱਬ ਰੱਬ ਕਰਕੇ, ਕਿਉਂਕਿ ਇਹਦੇ ਵਿੱਚ ਚਲਤੀ ਕਾ ਨਾਮ ਗਾਡੀ ਹੈ। ਜੇ ਤੁਸੀਂ ਚੱਲਦੇ ਹੋ ਹਿੱਟ ਹੁੰਦੇ ਹੋ ਤਾਂ ਤੁਹਾਨੂੰ ਕਹਣਗੇ ਪ੍ਰੋਡਿਊਸਰ, ਹਾਂਜੀ ਭਾਜੀ ਸਤਿ ਸ਼੍ਰੀ ਅਕਾਲ, ਬੜੇ ਸੋਹਣੇ ਲੱਗ ਰਹੇ ਹੋ। ਜੇ ਤੁਹਾਡੇ ਗਾਣੇ 4 ਨਹੀਂ ਚੱਲਣਗੇ, ਕੋਲ ਬੈਠਣਗੇ, ਨਾ ਕੇ ਨਹੀਂ ਆਇਆ। ਸਟਾਰ ਬਣਨਾ ਬਹੁਤ ਔਖਾ ਹੈ ਭਾਜੀ, ਸਟਾਰ ਰਹਿਣਾ ਬਹੁਤ ਔਖਾ ਹੈ। ਲੱਗਦਾ ਤੁਹਾਡੇ ਸਟਾਰਡਮ ਨੂੰ ਹੁਣ ਸਭ ਤੋਂ ਵੱਡਾ ਖਤਰਾ ਗੈਂਗਸਟਰਾਂ ਤੋਂ? ਉਹ ਭਾਜੀ, ਇੱਕ ਦਿਨ ਆਇਆ, ਇੱਕ ਦਿਨ ਜਾਣਾ, ਜਿੱਦਣ ਜਾਣਾ ਵੀ ਹੈ ਵਾਹਿਗੁਰੂ ਦਾ ਨਾਂ ਲੈ ਕੇ ਚੱਲ ਜਾਂਗੇ। ਪਰ ਪੰਜਾਬ ਸਰਕਾਰ 'ਤੇ ਬੜੀ ਉਮੀਦ ਹੈ, ਸਪੈਸ਼ਲ ਭਗਵੰਤ ਮਾਨ ਸਾਹਿਬ 'ਤੇ। ਉਹ ਤਾਂ ਆਪ ਵੀ ਆਰਟਿਸਟ ਰਹੇ। ਤੁਸੀਂ ਵੇਖੋ ਚੀਜ਼, ਉਹ ਪਹਿਲਾਂ ਹੀ ਜੋ ਆਪਦੇ ਸ਼ੋਆਂ ਦੇ ਵਿੱਚ ਕਰਦੇ ਸੀ, ਮੰਤਰੀ ਬਣ ਜਾਣਾ, ਪੁਲਿਸ ਵਾਲੇ ਬਣ ਜਾਣਾ, ਇਹ ਚੀਜ਼ ਕਰਕੇ ਅੱਜ ਬੜੇ ਵੱਡੇ ਲੈਵਲ 'ਤੇ ਆ। ਸੋ ਮੈਂ ਮੰਨਦਾ ਵੀ ਉਹਨਾਂ ਨੂੰ ਸਾਡਾ ਦਰਦ ਉਹ ਮਹਿਸੂਸ ਕਰਦੇ ਹੋਣਗੇ, ਸਾਡੇ ਵੱਡੇ ਨੇ, ਕੁਛ ਸੋਚਣਗੇ ਵੀ ਇਹ ਕੁਛ ਗਲਤ ਹੋ ਰਿਹਾ, ਵੀ ਇਹ ਠੀਕ ਕਰਨਗੇ। ਗਾਇਕੀ ਦਾ ਨਾਮ ਜਾਂ ਗਾਇਕ ਦਾ ਨਾਮ ਕੌਂਸਰਟ ਨਾਲ ਜੁੜਦਾ ਹੈ, ਬੜਾ ਰੂਹਾਨੀਅਤ ਨਾਲ ਜੁੜਦਾ ਹੈ, ਬੜੀ ਸੌਫਟ ਚੀਜ਼ਾਂ ਨਾਲ ਜੁੜਦਾ ਹੈ, ਲੋਕ ਉਹਨੂੰ ਸੁਣ ਕੇ ਰਿਲੈਕਸ ਕਰਦੇ ਹੈ। ਪਰ ਆ ਪੰਜਾਬੀ ਸਿੰਗਰਾਂ ਦਾ ਨਾਂ ਗੈਂਗਸਟਰਾਂ ਨਾਲ ਜੁੜਦਾ ਹੈ, ਕੋਈ ਕਿਲਿੰਗ ਹੋ ਜੇ ਉੱਥੇ ਜੁੜਦਾ ਹੈ, ਅਤੇ ਤੁਹਾਨੂੰ ਮਨ 'ਚ ਮਿਲਾ ਲਿਆ, ਅਫਸੋਸ ਨਹੀਂ ਆਉਂਦਾ ਯਾਰ ਇਹ ਕੀ ਹੋ ਰਿਹਾ ਸਾਡੇ ਨਾਲ, ਅਸੀਂ ਕੀ ਕਰ ਰਹੇ ਹਾਂ ਜਾਂ ਸਾਨੂੰ ਕਿਸ ਤਰ੍ਹਾਂ ਦੀ ਛਵੀ ਬਣ ਰਹੀ ਹੈ? ਭਾਜੀ, ਜੁੜਦਾ ਨਹੀਂ ਜੋੜਿਆ ਜਾ ਰਿਹਾ। ਅੱਜ ਤੁਸੀਂ ਇੱਕ ਚੀਜ਼ ਨੋਟ ਕਰ ਲਓ, ਸਿੱਧੂ ਮੂਸੇਵਾਲੇ ਬਾਰੇ ਸਾਰੇ ਨਿਊਜ਼ ਚੈਨਲ ਵੀ ਐਵੇਂ, ਮੈਂ ਕਹਿਣਾ ਨਹੀਂ ਚਾਹੁੰਦਾ, ਸਾਰਿਆਂ ਨੇ ਜਦੋਂ ਸਿੱਧੂ ਦੇ ਗਾਣੇ ਆਉਂਦੇ ਸੀ ਇਹ ਉਹਦੇ ਦੁਆਲੇ ਹੋਏ ਰਹਿੰਦੇ ਸੀ, ਉਹਦਾ ਚੈਪਟਰ ਬੰਦ ਹੁੰਦਾ ਮੇਰੇ ਦੁਆਲੇ ਹੋ ਜਾਂਦੇ ਸੀ। ਇੱਕ ਇੱਥੇ ਚੰਡੀਗੜ੍ਹ ਪਤਾ ਨਹੀਂ ਕੋਈ ਕਹਿੰਦੇ ਬੋਰਡ ਫੜ ਕੇ ਜੀ ਐਂ ਖੜ੍ਹ ਜਾਂਦਾ। ਇਹਨਾਂ ਦੀ ਦੁਕਾਨਦਾਰੀ ਸਾਡੇ ਨਾਮਾਂ ਤੋਂ ਚੱਲਦੀ ਹੈ ਭਾਜੀ, ਜੇ ਸਾਡੇ ਨਾਂ ਵਰਤਣਗੇ ਇਹਨੇ ਦੁਕਾਨਦਾਰੀ ਨਹੀਂ ਚੱਲਣੀ, ਅਤੇ ਫਿਟੇ ਲਾਂ ਤਾਂ ਅਸੀਂ ਦੁਕਾਨਦਾਰੀ 'ਤੇ। ਪਰ ਤੁਹਾਨੂੰ ਨਹੀਂ ਲੱਗਦਾ ਕਿ ਸਿੰਗਰਾਂ ਦੀ ਦੁਕਾਨਦਾਰੀ ਗੈਂਗਸਟਰਾਂ ਕਰਕੇ ਖਤਰੇ 'ਚ ਆ ਗਈ ਹੈ? ਰੱਬ ਦੇ ਘਰ ਦੇਰ ਅੰਧੇਰ ਨਹੀਂ, ਅੱਜ ਮੈਂ ਵੀ ਚੁੱਪ ਕਰਕੇ ਬੈਠਾ, ਮੇਰੇ ਬਾਰੇ ਆ ਬੋਲੀ ਜਾਂਦੇ ਆ, ਬਕਵਾਸ ਮਾਰੀ ਜਾਂਦੇ ਆ, ਮੈਨੂੰ ਆਪਦੇ ਰੱਬ 'ਤੇ ਵਿਸ਼ਵਾਸ ਆ। ਮੈਨੂੰ ਪਤਾ ਵੀ ਮੈਂ ਇਹੋ ਜਿਹਾ ਨਹੀਂ ਹੈਗਾ, ਵੀ ਇਹ ਜੋ ਹੋ ਰਿਹਾ ਜੋ ਵਾਰ ਮੈਂ ਗਾਣੇ ਮੈਂ ਨਹੀਂ ਕਰ ਰਿਹਾ, ਮੈਂ ਕੋਈ ਕੀਤਾ ਫਿਰ ਕੋਈ ਉਹੋ ਜਿਹੀ ਗੱਲ ਜੋੜ ਦੇਣਗੇ, ਸ਼ੋਅ ਨਹੀਂ ਲਾ ਰਹੇ, ਨੁਕਸਾਨ ਹੋ ਰਿਹਾ, ਚੱਲ ਰਹੇ ਹਾਂ, ਠੀਕ ਹੈ ਯਾਰ, ਓਕੇ ਆ। ਪਲੈਨਿੰਗ ਕੀ ਹੈ ਅੱਗੇ ਤੁਹਾਡੀ ਸਿੰਗਿੰਗ ਨੂੰ ਲੈ ਕੇ? ਸਰਕਾਰ ਨੂੰ ਹੀ ਕਹਿੰਦੇ ਆ ਵੀ ਇਹ ਚੀਜ਼ ਸਾਫ਼ ਕੀਤੀ ਜਾਵੇ, ਤਾਂ ਹੀ ਕੋਈ ਸਵਾਦ ਆਵੇ ਕੋਈ ਚੀਜ਼ ਦਾ ਕਰਨ ਦਾ। ਤੁਸੀਂ ਯਾਦ ਕਰੋ ਬਿੰਦਰ ਖੇਆ ਸਾਹਿਬ ਦਾ ਗਾਣਾ ਆਇਆ ਸੀ, ਤੂੰ ਨਹੀਂ ਬੋਲਦੀ ਰਕਾਨੇ ਤੂੰ ਨਹੀਂ ਬੋਲਦੀ, DCB ਸਲੂਟ ਉਹਨੂੰ ਮਾਰਦਾ ਪੈਰਾਂ 'ਚ ਥਾਣੇਦਾਰ ਰੋਲਤਾ। ਉਹ ਟਾਈਮਾਂ 'ਚ ਐਵੇਂ ਦੇ ਵਿਆਹ ਹੁੰਦੇ ਵੀ DCB ਇਕੱਠਾ ਨੱਚਦਾ ਹੋਊਗਾ ਅਤੇ ਥਾਣੇਦਾਰ ਵੀ ਇਕੱਠਾ, ਐਂ ਚੱਲਦਾ ਹੋਊਗਾ ਸਵਾਦ। ਉਹ ਚੀਜ਼ਾਂ ਇਹ ਆਪਣੀਆਂ, ਤੁਸੀਂ ਪੰਜਾਬੀ ਬੋਲੀਆਂ ਵੇਖ ਲਓ, ਆਪਣੇ 'ਚ ਮਜ਼ਾਕ ਕਰਨਾ ਚੀਜ਼ਾਂ ਇੱਕ ਇੰਟਰਟੇਨਮੈਂਟ ਆ। ਇਹ ਚੈਨਲਾਂ ਵਾਲਿਆਂ ਨੇ ਸਿੱਧੇ ਕਰਕੇ ਗਨ ਕਲਚਰ, ਮੈਂ ਤੁਹਾਨੂੰ ਦੱਸਿਆ ਛੋਲੇ ਫਿਲਮ ਆਈ ਸੀ ਥੀਏਟਰਾਂ 'ਚ, ਕਿੰਨੇ ਗੱਬਰ ਸਿੰਘ ਜੰਮ ਗਏ ਸੀ। ਬਿੰਦਰਖੀਆ ਔਰ ਗੱਬਰ ਸਿੰਘ ਦੇ ਟਾਈਮ 'ਤੇ ਬੰਦੇ ਮਰਦੇ ਵੀ ਨਹੀਂ ਸੀ, ਗੈਂਗਸਟਰ ਗਾਣੇ ਵੀ ਨਹੀਂ ਗਵਾਉਂਦੇ ਸੀ, ਗੈਂਗਸਟਰ ਪੈਸੇ ਵੀ ਨਹੀਂ ਲੈਂਦੇ ਸੀ, ਇਹ ਵੀ ਤਾਂ ਨਹੀਂ ਸੀਗਾ ਭਾਜੀ? ਇਹ ਤਾਂ ਸ਼ੁਰੂ ਤੋਂ ਹੀ ਚੱਲਦਾ ਹੈ ਜੀ, ਗੈਂਗ ਬਾਰੇ ਕੱਢ ਚੱਲਦੇ ਆਏ, ਪੁਰਾਣੇ ਤੁਸੀਂ ਲਾ ਲਓ ਦਾਊਦ ਵੇਲੇ ਦੇ ਪੁਰਾਣੇ ਕੀ ਕੁਛ ਹੋ ਗਿਆ, ਇਹ ਤਾਂ ਚੀਜ਼ਾਂ ਇੱਕ ਹਿੱਸਾ ਹੈ, ਇਹਨੂੰ ਜੇ ਤੁਸੀਂ ਕਲਾਕਾਰੀ ਨਾਲ ਜੋੜੋ ਤਾਂ ਮੇਰੇ ਹਿਸਾਬ ਨਾਲ ਰਹੂੰਗਾ। ਹੁਣ ਮਨਕੀਰਤ ਅਗਲਾ ਗਾਣਾ ਜਿਹੜਾ ਗਾਏਗਾ ਉਹ ਕਿਸ ਟਾਈਪ ਦਾ ਹੋਏਗਾ? ਪਤਾ ਨਹੀਂ ਭਾਜੀ, ਫਿਲਹਾਲ ਤਾਂ ਨਹੀਂ ਜੀ ਕਰ ਰਿਹਾ ਕੁਛ ਗਾਉਣ ਦਾ, ਐਡਾ ਸਾਡੀ ਇੰਡਸਟਰੀ ਦਾ ਬੰਦਾ ਤੁਰ ਗਿਆ, ਸੱਚੀ ਨਹੀਂ ਕੁਛ ਜੀ ਯਾਰ ਨਹੀਂ ਕਰ ਰਿਹਾ ਵੀ ਕੀ ਗਾਈਏ ਕੀ ਨਹੀਂ, ਬਸ ਆਪਦਾ ਬੈਠੇ ਹਾਂ। ਤੁਸੀਂ ਕਹਿ ਰਹੇ ਕਿ ਸਿੱਧੂ ਦੇ ਮਰਡਰ ਤੋਂ ਬਾਅਦ ਤੁਹਾਡਾ ਗਾਉਣ ਨੂੰ ਦਿਲ ਨਹੀਂ ਕਰਦਾ, ਉਹਦੇ ਘਰ ਦੇ ਕਹਿੰਦੇ ਆ ਕਿ ਸਾਡਾ ਮੁੰਡਾ ਮਰਿਆ ਤੇ ਮਨਕੀਰਤ ਔਲਖ ਤੋਂ ਫਲਾਣੇ ਤੋਂ ਪੁੱਛਗਿੱਛ ਹੋਣੀ ਚਾਹੀਦੀ ਹੈ? ਸਾਡੇ ਬਜ਼ੁਰਗ ਆ
ਦੁੱਧ ਦਾ ਦੁੱਧ ਪਾਣੀ ਦਾ ਪਾਣੀ ਆ ਜਾਏ ਮੈਂ ਜਾ ਕੇ ਆਊਂਗਾ। ਤੁਸੀਂ ਜਿੰਨੀ ਵਧੀਆ ਜੇ ਮੇਰੇ ਨਾਲ ਗੱਲ ਕਰ ਰਹੇ ਹੋ ਤੇ ਤੁਹਾਨੂੰ ਉਹਦੇ ਫਾਦਰ ਸਾਹਿਬ ਨੂੰ ਮਿਲਣ ਜਾਣਾ ਚਾਹੀਦਾ। ਹੋ ਸਕਦਾ ਕਿ ਉਹਨਾਂ ਦਾ ਮਨ ਤੁਹਾਡੀ ਗੱਲ ਸੁਣ ਕੇ ਹਲਕਾ ਹੋ ਜਾਏ, ਉਹਨਾਂ ਦੇ ਵਹਿਮ ਦੂਰ ਹੋ ਜਾਣ ਤੁਹਾਡੇ ਮੂੰਹ ਤੇ ਤੁਹਾਨੂੰ ਗੱਲ ਪੁੱਛ ਕੇ। ਦੁਨੀਆ ਬੜੀ ਗੋਲ ਆ ਭਾਜੀ, ਕਈ ਵਾਰੀ ਨਾ ਤੁਹਾਨੂੰ ਆਪ ਨਹੀਂ ਜਿਹੜੇ ਤੁਹਾਡੇ ਆਲੇ ਦੁਆਲੇ ਵਾਲੇ ਹੁੰਦੇ ਆ ਉਹ ਕੰਨ 'ਚ ਫੂਕਾਂ ਮਾਰ ਮਾਰ ਕਿਸੇ ਨੂੰ ਗਲਤ ਬਣਾ ਦਿੰਦੇ ਆ। ਮੈਂ ਨਾਂ ਨਹੀਂ ਲੈਣਾ ਚਾਹੁੰਦਾ ਕੋਈ ਰਾਈਟਰ ਆ ਭਰਾ, ਮੈਂ ਤੇ ਬੜਾ ਬੜਾ ਉਹਨੂੰ ਸੀਨੀਅਰ ਮੰਨਦਾ, ਬੜੀ ਰਿਸਪੈਕਟ ਕਰਦਾ। ਕੋਈ ਮੈਂ ਗਾਣਾ ਸੁਣ ਰਿਹਾ ਤੇ ਮੈਨੂੰ ਗਾਣਾ ਬੜਾ ਵਧੀਆ ਲੱਗਿਆ, ਮੈਂ ਰਾਈਟਰ ਨੂੰ ਫੋਨ ਮਾਰਿਆ, ਮੈਂ ਵੀਰੇ ਤੁਹਾਡਾ ਗਾਣਾ ਬੜਾ ਵਧੀਆ, ਮੈਂ ਭਰਾ ਮੇਰੇ ਵਾਸਤੇ ਕਦੋਂ ਕੋਈ ਚੀਜ਼ ਵਧੀਆ ਲਿਖ ਕੇ ਦੇਣੀ ਆ। ਬਸ ਅਸੀਂ ਮਿਲਦੇ ਹਾਂ ਅਸੀਂ ਦੋ ਤਿੰਨ ਦਿਨ ਟੱਪ ਗਏ, ਫਿਰ ਮੈਂ ਫੋਨ ਮਾਰਿਆ ਵੀ ਅਸੀਂ ਇੱਕ ਦਿਨ ਪਹਿਲਾਂ ਪਤਾ ਨਹੀਂ ਫੰਕਸ਼ਨ ਦੇ ਕਿਤੇ ਇਕੱਠੇ ਹੋਏ, ਫੋਨ ਮਾਰਿਆ ਵੀ ਗਾਣਾ। ਜਦੋਂ ਮੇਰੀ ਇਨਵੈਸਟੀਗੇਸ਼ਨ 'ਚ ਉਹ ਵੀ ਚੀਜ਼ ਆਈ ਵੀ ਤੁਸੀਂ ਉਹ ਰਾਈਟਰ ਨੂੰ ਫੋਨ ਕੀਤਾ, ਵੀ ਜਦੋਂ ਨਾਲ ਵਾਲੇ ਬੰਦੇ ਹੀ ਬਣਾ ਬਣਾ ਚੀਜ਼ਾਂ ਜਿਹੜੇ ਬੰਦਿਆਂ ਨੂੰ ਜਿਹੜੇ ਰਾਈਟਰ ਦੀ ਮੈਂ ਜਦੋਂ ਇੰਡਸਟਰੀ 'ਚ ਪੈਰ ਰੱਖਿਆ ਮੈਂ ਬੜੀ ਰਿਸਪੈਕਟ ਕਰਦਾ ਉਹਨਾਂ ਦੀ, ਬੜੀ ਕੀਤੀ ਵੀ ਯਾਰ ਇਹ ਭਰਾ ਆ, ਪਤਾ ਹੀ ਨਹੀਂ ਕੀ ਚੀਜ਼ਾਂ ਚੱਲ ਰਹੀਆਂ ਕੀ ਨਹੀਂ। ਉਹ ਬੰਦੇ ਕਰ ਰਿਹਾ ਜੀ ਉੱਦਣ ਹੀ ਕਿਉਂ ਫੋਨ ਆਇਆ, ਪਹਿਲਾਂ ਨਹੀਂ ਕਦੇ ਫੋਨ ਆਇਆ। ਆਪਾਂ ਲੋਰ ਝੁੰਨੇ ਹਾਂ ਕੋਈ ਚੀਜ਼ ਵਧੀਆ ਲੱਗਦੀ ਫੋਨ ਕਰ ਲੈਂਦੇ ਹਾਂ, ਕੋਈ ਹਾਦਸਾ ਹੋ ਜੇ ਉਹਦੇ ਨਾਲ ਉਹ ਚੀਜ਼ਾਂ ਦਾ ਕੀਤਾ ਜਾਵੇ। ਤੁਹਾਨੂੰ ਇਹ ਲੱਗਦਾ ਕਿ ਜੋ ਇਹ ਸਭ ਚੀਜ਼ਾਂ ਚੱਲ ਰਹੀਆਂ ਇਹਦੇ 'ਚ ਬਹੁਤ ਸਾਰੇ ਇੰਡਸਟਰੀ ਦੇ ਲੋਕ ਵੀ ਪਲੇ ਕਰ ਰਹੇ ਹੈ? ਪਤਾ ਨਹੀਂ ਭਾਜੀ ਕੀ ਚੱਲ ਰਿਹਾ ਕੀ ਨਹੀਂ। ਤੁਸੀਂ ਬਲਕੌਰ ਸਿੰਘ ਹੁਣੀ ਨੂੰ ਫੋਨ ਕਿਉਂ ਨਹੀਂ ਕਰਦੇ? ਤੁਹਾਡੀ ਉਹਨਾਂ ਨਾਲ ਕਦੀ ਮੁਲਾਕਾਤ ਹੋਈ ਹੈ? ਗੱਲ ਕਰਾ ਦਿਓ ਜੀ, ਮੈਂ ਕਰ ਲੈਂਦਾ, ਮੇਰੇ ਕੋਲ ਨੰਬਰ ਨਹੀਂ ਹੈਗਾ। ਮੇਰੇ ਬਾਰੇ ਇੰਨਾ ਕੁਝ ਕਿਹਾ ਜਾਂਦਾ ਵੀ ਐਂ ਕਰਕੇ ਆਹ ਚੀਜ਼ਾਂ ਕਹੀਆਂ ਜਾਂਦੀਆਂ, ਮੈਂ ਕਿਵੇਂ ਗੱਲ ਕੀ ਗੱਲ ਕਰਾਂ ਜੀ ਉੱਥੇ? ਮੈਂ ਕਹਿੰਦੇ ਵੀ ਇਨਵੈਸਟ ਕੀਤੀ ਜਾਵੇ ਆਪਾਂ, ਮੈਂ ਕਹਿੰਦਾ ਇੱਕ ਵਾਰੀ ਨਹੀਂ ਦੋ ਵਾਰੀ ਨਹੀਂ ਜਿੰਨੀ ਵਾਰੀ ਮਰਜ਼ੀ ਕੀਤੀ ਜਾਵੇ। ਇੱਕ ਐਡੇ ਆਰਟਿਸਟ ਨੂੰ ਮੈਨੂੰ ਬੁਲਾਉਣਾ ਹੈ ਕਿਤੇ, ਚਲੋ ਬੰਦਾ ਬੁਲਾ ਕੇ ਪੁੱਛ ਸਕਦਾ, CIA ਬੁਲਜਾਣਾ ਚੀਜ਼ਾਂ, ਮੈਂ ਤਾਂ ਆਪਦੇ ਆਪ ਲਈ ਚਲੋ ਜਲੀਲ ਕਰਨ ਵਾਲੀ ਚੀਜ਼ ਸਮਝਦਾ ਇੱਕ ਆਰਟਿਸਟ ਨੂੰ ਜਲੀਲ ਕਰਨਾ ਵੀ ਉੱਥੇ ਬੁਲਾ ਕੇ ਜਿੱਥੇ ਇਹ ਚੀਜ਼ ਕਰਕੇ, ਪਰ ਮੈਂ ਕਹਿੰਦਾ ਵੀ ਉਹਨਾਂ ਦਾ ਸ਼ੱਕ ਵਹਿਮ ਨਿਕਲ ਜਾਏ। ਇੱਕ ਪਾਸਿਓ ਜੀ ਕਰਦਾ ਵੀ ਅਸੀਂ ਪੰਜਾਬ 'ਚ ਨਹੀਂ ਰਹਿਣਾ, ਇੱਥੇ ਨਹੀਂ ਰਹਿਣਾ, ਆਰਟਿਸਟ ਟੂਟਿਸਟ ਕੀ ਪਤਾ ਮੈਂ ਛੱਡ ਵੀ ਜਾਵਾਂ, ਹਜੇ ਕੋਈ ਪੱਕਾ ਨਹੀਂ ਮੈਂ ਕਹਿੰਦਾ ਕੀ ਮੇਰਾ ਡਿਸੀਜ਼ਨ ਹੈ ਕੀ ਨਹੀਂ, ਪਰ ਅੰਦਰੋਂ ਬੜਾ ਟੁੱਟਿਆ ਹੈ ਕਿਉਂਕਿ ਮੈਂ ਇਹੋ ਜਿਹਾ ਬੰਦਾ ਨਹੀਂ ਹੈਗਾ ਜੋ ਚੀਜ਼ਾਂ ਚੱਲ ਰਹੀਆਂ ਜੋ ਮੇਰੇ 'ਤੇ ਕਰ ਰਿਹਾ। ਤੁਹਾਨੂੰ ਇਹ ਤਾਂ ਨਹੀਂ ਲੱਗਦਾ ਕਿ ਜੇ ਮੈਂ ਸਿੱਧੂ ਮੂਸੇਵਾਲੇ ਦੇ ਘਰ ਅਫਸੋਸ ਕਰਨ ਜਾਊਂਗਾ ਤਾਂ ਕੋਈ ਪਰਟੀਕੁਲਰ ਗੈਂਗ ਹੈ ਜਾਂ ਕੋਈ ਆਦਮੀ ਮੇਰੇ ਤੋਂ ਨਾਰਾਜ਼ ਹੋ ਜੂ? ਆ ਜੋ ਚੀਜ਼ਾਂ ਚੱਲ ਰਹੀਆਂ ਜਦੋਂ ਸਾਰਾ ਸੋਲਵ ਹੋਊਗਾ ਮੈਂ ਜ਼ਰੂਰ ਜਾਊਂਗਾ, ਕਿਉਂ ਨਾ ਜਾਊਂਗਾ ਜੀ। ਕੋਈ ਸਿੱਧੂ ਮੂਸੇਵਾਲਾ ਦੀ ਵਧੀਆ ਗੱਲ ਜਿਹੜੀ ਜਦੋਂ ਤੁਹਾਡੇ ਨਾਲ ਉਹਨਾਂ ਦੀ ਦੋਸਤੀ ਰਹੀ ਹੈ ਤੁਹਾਨੂੰ ਜਿਹੜੀ ਬੜੀ ਵਧੀਆ ਲੱਗਦੀ ਹੋਵੇ? ਮੇਰੇ ਨਾਲ ਫੋਨ 'ਚ ਇੱਕ ਵੀਡੀਓ ਵੀ ਹੈ, ਮੈਂ ਉਵੇਂ ਬੈਠੇ ਅਤੇ ਵਾਰ ਵਾਰ ਕਵੇ ਮੈਂ ਚੱਲਿਆ ਮੈਂ ਚੱਲਿਆ, ਮੈਂ ਕਿਹਾ ਕਿੱਥੇ ਚੱਲਿਆ ਦੱਸਤਾ ਦੇ, ਉਵੇਂ ਹਾਸੇ ਮਖੌਲ ਵਾਲੀਆਂ ਗੱਲਾਂ। ਉਹ ਮੈਂ ਵੀਡੀਓ ਵੇਖਦਾ ਮੈਂ ਫਿਰ ਵੀਡੀਓ ਜਦੋਂ ਕਰੋ ਯਾਰ ਬਾਈ ਯਾਰ ਅਤੇ ਐਵੇਂ ਹਾਸੇ ਮਖੌਲ ਵਾਲੀਆਂ ਮੈਮਰੀਆਂ ਮੇਰੇ ਫੋਨ 'ਚ ਹੈਗੀਆਂ। ਮਨਕੀਰਤ ਬਹੁਤ ਬਹੁਤ ਸ਼ੁਕਰੀਆ। ਮਨਕੀਰਤ ਔਲਖ ਪਹਿਲੀ ਵਾਰ ਬੋਲਿਆ ਜਦੋਂ ਤੋਂ ਮਾਨਸਾ ਪੁਲਿਸ ਨੇ ਇਹਨਾਂ ਨੂੰ ਸਿੱਧੂ ਮੂਸੇਵਾਲਾ ਮਰਡਰ ਕੇਸ 'ਚ ਪੁੱਛਗਿੱਛ ਲਈ ਬੁਲਾਇਆ ਸੀ। ਜੋ ਗੱਲਾਂ ਹੋਈਆਂ ਉਹ ਤਾਂ ਇਹਨਾਂ ਨੇ ਦੱਸਤੀਆਂ ਔਰ ਸਾਡੀ ਮਨਕੀਰਤ ਨਾਲ ਤਾਂ ਗੱਲ ਮੁੱਕ ਗਈ ਹੈ, ਪਰ ਪੰਜਾਬ ਨੂੰ ਕਿਸ ਤਰ੍ਹਾਂ ਠੀਕ ਰੱਖਣਾ ਹੈ, ਪੰਜਾਬ ਨੂੰ ਕਿੱਦਾਂ ਗੈਂਗਲੈਂਡ ਨਹੀਂ ਬਣਨ ਦੇਣਾ ਹੈ, ਮੇਰੀ ਗੁਜ਼ਾਰਿਸ਼ ਹੈ। ਉਹ ਲੋਕ ਵੀ ਇੰਟਰਵਿਊ ਦੇਖ ਰਹੇ ਹੋਣਗੇ ਜਿਨ੍ਹਾਂ ਲੋਕਾਂ ਨੇ ਪੰਜਾਬ ਨੂੰ ਖਰਾਬ ਕਰਨ ਦਾ ਜਾਂ ਪੰਜਾਬ 'ਚ ਗੁੰਡਾਗਰਦੀ ਕਰਨ ਦਾ ਠੇਕਾ ਲਿਆ ਹੋਇਆ ਹੈ। ਸਵਾਲ ਸਿਰਫ ਇੱਕੋ ਹੀ ਹੈ, ਪੰਜਾਬ ਨੂੰ ਪੰਜਾਬ ਰਹਿਣ ਦਿਉ, ਸਿੰਗਰਾਂ ਨੂੰ ਸਿੰਗਰ ਰਹਿਣ ਦਿਉ, ਤੁਸੀਂ ਆਪਣਾ ਜੋ ਕੰਮ ਕਰਨਾ ਕਰੀ ਜਾਓ, ਤੁਹਾਨੂੰ ਕਾਨੂੰਨ ਨਿਪਟ ਲਏਗਾ। ਔਰ ਇੱਕ ਗੱਲ ਜ਼ਰੂਰ ਹੈਗੀ ਹੈ, ਕਾਨੂੰਨ ਤੋਂ ਕੋਈ ਉੱਪਰ ਨਹੀਂ ਹੁੰਦਾ। ਕੁਛ ਟਾਈਮ ਲਈ ਕਿਸੇ ਵੀ ਇਨਸਾਨ ਨੂੰ ਇਹ ਵਹਿਮ ਹੋ ਜਾਂਦਾ ਹੈ ਕਿ ਸ਼ਾਇਦ ਕਾਨੂੰਨ ਮੇਰੇ ਤੱਕ ਨਹੀਂ ਪਹੁੰਚ ਸਕਦਾ, ਲੇਕਿਨ ਜੋ ਲੋਕ ਜੁਰਮ ਕਰਦੇ ਹੈ ਉਹ ਕਾਨੂੰਨ ਦੀ ਜੱਦ ਤੋਂ ਬਾਹਰ ਨਹੀਂ ਰਹਿ ਸਕਦੇ। ਆਪਣਾ ਫੀਡਬੈਕ ਮੈਨੂੰ ਮੇਰੇ ਟਵਿੱਟਰ ਹੈਂਡਲ 'ਤੇ ਜ਼ਰੂਰ ਦੇਣਾ।